ਬੰਦੇਰ ਸਾਹਿਬ, ਮੁੱਖ ਮੰਤਰੀ ਭਗਵੰਤ ਮਾਨ ਦੀ ਡੀ ਸੀਜ਼ ਅਤੇ ਐੱਸ ਐੱਸ ਪੀ ਦੇ ਨਾਲ ਮੀਟਿੰਗ ਹੋਈ ਹੈ ਅਤੇ ਉਸ ਮੀਟਿੰਗ ਦੇ ਵਿੱਚ ਉਹਨਾਂ ਨੇ ਡਰੱਗ ਦੀ ਸਮੱਸਿਆ ਬਾਰੇ ਬਹੁਤ ਤਲਕੀ ਭਰੇ ਸ਼ਬਦ ਜਿਹੜੇ ਨੇ ਉਹ ਇਸਤੇਮਾਲ ਕੀਤੇ ਨੇ। ਬਿਲਕੁਲ, ਕੱਲ੍ਹ ਕਾਫੀ ਜਿਸ ਨੂੰ ਕਹਿ ਸਕਦੇ ਹੋ ਐਕਟੀਵਿਟੀ ਵਾਲਾ ਦਿਨ ਸੀ ਡਰੱਗ ਮਾਮਲੇ ਦੇ ਉੱਤੇ ਸਾਰਿਆਂ ਨੂੰ, ਚਾਹੇ ਪੰਜਾਬ ਦੇ ਵਿੱਚ ਵੱਸਦੇ ਨੇ ਚਾਹੇ ਐੱਨ ਆਰ ਆਈ ਸਾਡੇ ਭਾਈਚਾਰਾ ਵਾ, ਇਹ ਜਿਹੜਾ ਪੰਜਾਬ ਦੇ ਵਿੱਚ ਵੱਧ ਰਿਹਾ ਨਸ਼ਾ, ਨਸ਼ੇ ਦੀ ਹੈਗੀ ਆ ਗੱਲ, ਉਹ ਚਿੰਤਾ ਦਾ ਵਿਸ਼ਾ ਬਣ ਰਿਹਾ ਕਿ ਹੁਣ ਜਿਹੜਾ ਐਕਸਪੈਕਟਿਡ ਜਿਹਾ ਜਾਂ ਜਿਹੜਾ ਪ੍ਰੋਜੈਕਟਿਡ ਗੱਲ ਇਹ ਆ ਕਿ ਕੋਈ 16 ਕੁ ਲੱਖ ਲੋਕ ਇਸ ਦੇ ਵਿੱਚ ਇਸ ਦੀ ਲਪੇਟ 'ਚ ਆ ਚੁੱਕੇ ਆ, ਔਰ ਵੀ ਇਹ 16 ਲੱਖ ਜਿਹੜੇ ਅਲੱਗ ਅਲੱਗ ਨਸ਼ਾ ਛੁਡਾਊ ਕੇਂਦਰਾਂ ਦੇ ਉੱਤੇ ਜਾ ਚੁੱਕੇ ਨੇ ਔਰ ਉਹਨਾਂ 'ਚ ਕੋਈ 4-4.5 ਲੱਖ ਜਾਂ 7 ਲੱਖ ਦੇ ਆਸ ਪਾਸ ਤਾਂ ਰੈਗੂਲਰ ਆਪਣੀਆਂ ਦਵਾਈਆਂ ਲੈ ਰਹੇ ਆ। ਅਤੇ ਹੁਣ ਇਹ ਸੀਗਾ ਜੀ, ਮੈਂ ਉਹਨਾਂ ਦਵਾਈਆਂ ਦਾ ਨਾਂ ਭੁੱਲ ਜਾਂਦਾ, ਮੈਂ ਗਲਤ ਨਹੀਂ ਪ੍ਰੋਨਾਊਂਸ ਕਰੂੰਗਾ, ਪਰ ਉਹ ਜਿਹੜੀਆਂ ਦਵਾਈਆਂ ਦਿੱਤੀਆਂ ਜਾ ਰਹੀਆਂ ਸੀ ਸਰਕਾਰੀ ਲੈਵਲ 'ਤੇ ਨਸ਼ਾ ਛੁਡਾਉਣ ਵਾਸਤੇ, ਉਹ ਇੱਕ ਆਲਟਰਨੇਟ ਨਸ਼ਾ ਹੀ ਹੁੰਦਾ ਅਤੇ ਉਹਨੂੰ ਇੱਕ ਫੇਜ਼ਡ ਤਰੀਕੇ ਦੇ ਨਾਲ ਇਹ ਡਾਕਟਰਸ ਦੀ ਜਾਂ ਐਕਸਪਰਟਸ ਦੀ ਰਹਿਨੁਮਾਈ ਹੇਠ ਇਹ ਦੇਣੀਆਂ ਹੁੰਦੀਆਂ ਨੇ, ਤਾਂ ਫਿਰ ਫੇਜ਼ ਤਰੀਕੇ ਦੇ ਨਾਲ ਵਿਦਰੋਅ ਕਰਕੇ ਇਹ ਹੋ ਜਾਂਦਾ ਜੀ। ਪਰ ਹੁਣ ਗੱਲ ਇਹ ਆ ਕਿ ਲੋਕਾਂ ਨੇ ਕੁਛ ਨਸ਼ੇ ਛੱਡ ਕੇ ਹੁਣ ਜਿਹੜੀਆਂ ਇਹ ਜਿਹੜੀਆਂ ਨਸ਼ਾ ਛੁਡਾਊ ਦਵਾਈਆਂ ਸੀ ਹੁਣ ਉਹਨਾਂ ਦੇ ਆਦੀ ਹੋ ਗਏ ਨੇ, ਉਹਨਾਂ ਦੇ ਐਡਿਕਟ ਹੋ ਗਏ ਨੇ, ਸੋ ਇੱਕ ਵੱਡੀ ਇੱਕ ਨਵੀਂ ਸਮੱਸਿਆ ਖੜੀ ਹੋ ਗਈ ਹੈ। ਸੋ ਪਿਛਲੇ ਦਿਨੀਂ ਧੜਾ ਧੜ ਖਬਰਾਂ ਆਈਆਂ ਕਿ ਨੌਜਵਾਨ ਕਿਤੇ ਕੋਈ ਕਿਤੇ ਕੋਈ ਕਿਤੇ, ਰੋਜ਼ ਸੁਰਖੀ ਬਣਦੀ ਹੈ ਕਿ ਡਰੱਗਸ ਦੀ ਓਵਰਡੋਜ਼ ਦੇ ਨਾਲ ਮਰ ਗਿਆ, ਜੋ ਇੰਡੀਕੇਟ ਇਹ ਕਰ ਰਿਹਾ ਕਿ ਪੰਜਾਬ ਦੇ ਵਿੱਚ ਡਰੱਗਸ ਦੀ ਅਵੇਲੇਬਿਲਿਟੀ ਕਿਸੇ ਹਿਸਾਬ ਦੇ ਨਾਲ ਘੱਟ ਨਹੀਂ ਹੋਈ। ਅਤੇ ਇਸ ਤੋਂ ਇਲਾਵਾ ਜਿਹੜੀ ਹੈਗੀ ਆ, ਕੱਲ੍ਹ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਵੀ ਇਹ ਜਿਹੜਾ ਡਰੱਗ ਕੇਸ ਸੀਗਾ ਜੀ, ਜਸਟਿਸ ਮਸੀਹ ਦੀ ਕੋਰਟ ਦੇ ਵਿੱਚ ਇਹ ਆਇਆ, ਤਾਂ ਉੱਥੇ ਵੀ ਜਿਹੜੇ ਸੀਗੇ ਜੀ, ਜਿਹਦੇ ਕਰਕੇ ਲੋਕਾਂ 'ਚ ਕਾਫੀ ਇਹ ਤਲਖੀ ਆ ਰਹੀ ਆ, ਉਹ ਇਹ ਕਿ ਐਡਵੋਕੇਟ ਜਨਰਲ ਉਹ ਆਪ ਖੁਦ ਨਹੀਂ ਹਾਜ਼ਰ ਹੋਏ, ਉਹਨਾਂ ਦੇ ਇੱਕ ਜੂਨੀਅਰ ਨੇ ਜਾ ਕੇ ਆਪਣੇ ਆਪ ਨੂੰ ਹਾਜ਼ਰ ਕੀਤਾ। ਸੋ ਪਰ ਜਿਹੜੀ ਬਹਿਸ ਹੋਈ ਉਸ ਤੋਂ ਬਾਅਦ ਕੋਰਟ ਨੇ ਇਹ ਕਿਹਾ ਕਿ ਜਲਦ ਅਗਲੀ ਸੁਣਵਾਈ ਤੱਕ ਜਿਹੜੀ ਜੁਲਾਈ ਦੀ ਪਹਿਲੇ ਹਫ਼ਤੇ 'ਚ ਹੈ, ਉਦੋਂ ਤੱਕ ਜਿਹੜੀਆਂ ਵੱਖ ਵੱਖ ਸਪੈਸ਼ਲ ਇਨਵੈਸਟੀਗੇਟਿੰਗ ਟੀਮ ਬਣੀਆਂ ਨੇ, ਐੱਸ ਆਈ ਟੀਜ਼ ਜਿਹੜੀਆਂ ਬਣੀਆਂ, ਉਹਨਾਂ ਦੀ ਐਕਸ਼ਨ ਟੇਕਨ ਰਿਪੋਰਟ ਅਤੇ ਸਟੇਟਸ ਰਿਪੋਰਟ ਜਿਹੜੀ ਹੈਗੀ ਆ ਉਹ ਸਰਕਾਰ ਦਰਜ ਕਰੇ। ਦੂਸਰਾ ਜਿਹੜੇ ਸੀਗੇ ਜੀ, ਇੱਕ ਜਿਹੜੇ ਥਰਡ ਪਾਰਟੀ ਵਾਲੇ ਪਾਸੇ ਉਹਨੇ ਜੀ ਨਵਕਿਰਨ ਸਿੰਘ ਐਡਵੋਕੇਟ ਨੇ ਹਿਊਮਨ ਰਾਈਟਸ ਦੀਆਂ ਵੀ ਗੱਲਾਂ ਕਰਦੇ ਨੇ, ਉਹਨਾਂ ਨੇ ਇਹ ਜ਼ੋਰ ਪਾਇਆ ਕਿ ਜਿਹੜੇ ਬੰਦ ਲਿਫਾਫਿਆਂ ਦੇ ਵਿੱਚ ਜਿਹੜੀ ਐੱਸ ਟੀ ਐੱਫ ਦੀ ਹੈ, ਜਿਹੜੀ ਅਲੱਗ ਅਲੱਗ ਜਿਹੜੀ ਜਿਹੜੀ ਸਪੈਸ਼ਲ ਟਾਸਕ ਫੋਰਸ ਸੀ ਪਹਿਲਾਂ ਹਰਪ੍ਰੀਤ ਸਿੱਧੂ ਦੀ ਸੀ, ਫਿਰ ਇੱਕ ਰਿਪੋਰਟ ਸਾਬਕਾ ਡੀ ਜੀ ਪੀ ਸਿਧਾਰਥ ਚੱਟੋਪਾਧਿਆ ਦੀ ਸੀ, ਬਈ ਉਹਨਾਂ ਦੇ ਜਿਹੜੇ ਸੀਲਡ ਬੰਦ ਲਿਫਾਫਿਆਂ 'ਚ ਰਿਪੋਰਟਾਂ ਪਈਆਂ ਨੇ ਉਹ ਤਾਂ ਖੋਲ੍ਹੋ। ਵੀ ਜਿਹੜਾ ਉਹਨਾਂ ਦਾ ਇਹ ਜ਼ੋਰ ਸੀ ਕਿ ਜਦ ਤੱਕ ਪੋਲੀਟੀਸ਼ੀਅਨ ਪੁਲਿਸ ਵਾਲੇ ਅਤੇ ਡਰੱਗ ਟਰੱਸਕਰਾਂ ਦੀ ਜਿਹੜਾ ਮਿਲੀ ਭੁਗਤ ਹੈ ਇਹਨੂੰ ਨਹੀਂ ਤੋੜਿਆ ਜਾਊਗਾ, ਇਹ ਨੈਕਸਸ ਨਹੀਂ ਤੋੜਿਆ ਜਾਊਗਾ, ਉਦੋਂ ਤੱਕ ਪੰਜਾਬ ਨੂੰ ਨਿਜਾਤ ਨਹੀਂ ਜੇ ਮਿਲਣੀ ਇਸ ਤੋਂ। ਸੋ ਇਹ ਸਾਰੀ ਦੀ ਗੱਲ ਸਾਹਮਣੇ ਰੱਖਦੇ ਹੋਏ ਇਹਦੇ ਵਿੱਚ ਜਿਹੜੇ ਉਹਨਾਂ ਨੇ ਗੱਲ ਇਹ ਟੋਟਲ ਬੈਕਗਰਾਊਂਡ ਹੈ। ਸੋ ਭਗਵੰਤ ਮਾਨ ਉਹਨਾਂ ਨੇ ਬਤੌਰ ਸੀ ਐੱਮ ਇਹ ਮੀਟਿੰਗ ਜਿਹੜੇ ਸੀਗੇ ਡੀ ਸੀ ਜਿਹੜੇ ਜ਼ਿਲ੍ਹਿਆਂ ਦੇ ਅਤੇ ਐੱਸ ਐੱਸ ਪੀ ਦੀ ਉਹਨਾਂ ਦੀ ਮੀਟਿੰਗ ਕੱਲ੍ਹ ਕੀਤੀ ਸੱਦੀ ਹੋਈ ਸੀ, ਉਹਨਾਂ ਦੇ ਨਾਲ ਕਾਫੀ ਜਿਹੜਾ ਹੈਗਾ ਡਿਟੇਲਡ 'ਚ ਗੱਲਾਂ ਗੱਲਬਾਤ ਹੋਈ ਹੈ। ਸੋ ਉਹਨਾਂ ਦੇ ਵਿੱਚ ਇੱਕ ਤਾਂ ਜਿਹੜੇ ਨਸ਼ਾ ਛੁਡਾਊ ਕੇਂਦਰਾਂ ਬਾਰੇ ਇਹ ਵੀ ਹੋਰ ਵੀ ਜਿਹੜੇ ਓਟ ਕੇਂਦਰ ਨੇ ਉਹ ਖੋਲ੍ਹਣ ਦੀ ਗੱਲ ਹੈ, ਉਹਨਾਂ 'ਚ ਐਕਸਪਰਟਸ ਹੋਰ ਲਾਉਣ ਦੀ ਗੱਲ ਹੈ, ਜੇ ਐਕਸਪਰਟਸ ਨਹੀਂ ਮਿਲਦੇ ਤਾਂ ਜਿਹੜੇ ਹੈਗੇ ਆ ਜੀ ਉਹ ਥਰਡ ਪਾਰਟੀ ਹਾਇਰ ਕਰਨ ਦੀ ਵੀ ਗੱਲ ਹੋਈ। ਪਰ ਜਿਹੜੀ ਇੰਪੋਰਟੈਂਟ ਗੱਲ ਸੀ ਉਹ ਇਹ ਸੀਗੀ ਕਿ ਭਗਵੰਤ ਮਾਨ ਉਹਨਾਂ ਨੇ ਐੱਸ ਐੱਸ ਪੀ ਨੂੰ ਪੁਲਿਸ ਨੂੰ ਇਹ ਕਿਹਾ ਕਿ ਜਿਹੜੇ ਐਡਿਕਟ ਨੇ ਜਿਹੜੇ ਨਸ਼ੇ ਦੀ ਵਰਤੋਂ ਕਰਦੇ ਆ ਉਹਨਾਂ ਦੇ ਮਗਰ ਨਾ ਪਾਓ ਜਿਹਨਾਂ ਦੇ ਕੋਲ ਹੁੰਦੇ ਆ, ਤੁਸੀਂ ਵੱਡੇ ਜਿਹੜੇ ਸਪਲਾਇਰ ਨੇ ਉਹਨਾਂ ਨੂੰ ਲੱਭੋ ਅਤੇ ਉਹਨਾਂ ਦੇ ਮਗਰ ਜਾਓ। ਅਤੇ ਉਹ ਜਿਹੜੇ ਹੈਗੇ ਆ ਜਿਹੜੇ ਜਿਹਨੂੰ ਵੱਡੇ ਮਗਰਮੱਛ ਕਿਹਾ ਜਾਂਦਾ ਸੀ ਪਿਛਲੀਆਂ ਸਰਕਾਰਾਂ ਵੇਲੇ ਉਹਦੇ, ਔਰ ਪਿਛਲੀਆਂ ਜਿਹੜੀ ਸਰਕਾਰ ਦੀ ਸਮੀਖਿਆ ਵੀ ਕੀਤੀ ਗਈ ਵੀ ਕੀ ਸਟੈਪ ਲਏ ਗਏ, ਕੀ ਕਿੱਥੇ ਕਿੱਥੇ ਖਾਮੀਆਂ ਹੋਈਆਂ, ਡੀ ਸਿਵਲ ਐਡਮਿਨਿਸਟ੍ਰੇਸ਼ਨ ਔਰ ਪੁਲਿਸ ਐਡਮਿਨਿਸਟ੍ਰੇਸ਼ਨ ਨੂੰ ਹਦਾਇਤ ਕੀਤੀ ਗਈ ਕਿ ਉਹ ਆਪਸ 'ਚ ਤਾਲਮੇਲ ਦੇ ਨਾਲ ਕੰਮ ਕਰਨ, ਇਹ ਨਾ ਹੋਵੇ ਜੀ ਕੋਈ ਕਿਧਰੇ ਨੂੰ ਜਾ ਰਿਹਾ ਕੋਈ ਕਿਧਰੇ ਨੂੰ ਜਾ ਰਿਹਾ। ਪਰ ਨਾਲ ਦੀ ਨਾਲ ਇੱਕ ਜਿਹੜੀ ਆਪਾਂ ਸ਼ੁਰੂ ਤੋਂ ਜਿੱਥੇ ਤੁਸੀਂ ਗੱਲ ਕੀਤੀ ਸੀ ਤਲਖੀ ਭਰੀ ਗੱਲ ਸੀਗੀ, ਉਹ ਉਹਨਾਂ ਨੇ ਇੱਕ ਤਾੜਨਾ ਕੀਤੀ ਹੈ ਕਿ ਜੇ ਕਿਸੇ ਹੁਣ ਰਿਪੋਰਟ ਆਉਂਦੀ ਆ, ਕਿਉਂਕਿ ਪਿਛਲੇ ਦਿਨੀਂ ਇੱਕ ਵੀਡੀਓ ਚੱਲਿਆ ਸੀ ਕਿਸ ਤਰ੍ਹਾਂ ਬਠਿੰਡੇ ਦੇ ਵਿੱਚ ਸ਼ਰੇਆਮ ਜਿਵੇਂ ਹੁੰਦੀ ਹੈ ਰੇਹੜੀ ਲਾ ਕੇ ਬੰਦਾ ਆਪਣੀ
ਡਰੱਗਸ ਵੇਚ ਰਿਹਾ ਸੀ, ਰੇਹੜੀ ਤਾਂ ਨਹੀਂ ਸੀ ਲਾਈ ਹੋਈ ਵੀ ਸ਼ਰਿਆਮ ਬੈਠ ਕੇ ਵੇਚ ਰਿਹਾ ਸੀ, ਲੋਕੀ ਉਹਨੂੰ ਪੈਸੇ ਦੇ ਰਹੇ ਸੀ, ਉਹ ਵੀਡੀਓ ਬੜੀ ਵਾਇਰਲ ਹੋਈ। ਉਸੇ ਤਰ੍ਹਾਂ ਉਹ ਕਹਿੰਦੇ ਜੀ ਭਗਵੰਤ ਮਾਨ ਕਹਿੰਦੇ ਕੋਈ ਰਿਪੋਰਟ ਆਉਂਦੀ ਹੈ ਚਾਹੇ ਸੋਸ਼ਲ ਮੀਡੀਆ ਮੀਡੀਆ ਦੇ ਵਿੱਚ ਜਾਂ ਖੁਫੀਆ ਏਜੰਸੀਜ਼ ਦੇ ਥਰੂ ਆਉਂਦੀ ਹੈ ਕਿ ਕਿਸੇ ਇਲਾਕੇ ਦੇ ਵਿੱਚ ਨਸ਼ਾ ਵਿਕ ਰਿਹਾ, ਤਾਂ ਉਸ ਇਲਾਕੇ ਦਾ ਜਿਹੜਾ SHO ਆ ਅਤੇ ਉਸ ਜ਼ਿਲ੍ਹੇ ਦਾ SSP ਉਹਦੀ ਜਵਾਬਦੇਹੀ ਪੱਕੀ ਹੋਏਗੀ ਅਤੇ ਉਹਨੂੰ ਉਹਨਾਂ ਨੂੰ ਵੀ ਬਰਾਬਰ ਜਿਹੜਾ ਹੈਗਾ ਜੀ ਜ਼ਿੰਮੇਦਾਰ ਸਮਝਿਆ ਜਾਊਗਾ। ਇਹਦੇ ਵਿੱਚ ਜਿਹੜੀ ਸਰਕਾਰ ਦਾ ਜਿਹੜਾ ਇਰਾਦਾ ਉਹ ਯਾਦ ਹੋਣਾ ਸਾਡੇ ਸਰੋਤਿਆਂ ਨੂੰ ਕਿ ਜਦੋਂ ਪਟਿਆਲੇ ਦੇ ਇੰਸੀਡੈਂਟ ਹੋਇਆ ਸੀਗਾ, ਆਪਸ 'ਚ ਜਿਹੜਾ ਕਲੈਸ਼ ਹੋਇਆ ਸਿੱਖ ਜਥੇਬੰਦੀਆਂ ਅਤੇ ਹਿੰਦੂ ਜਥੇਬੰਦੀਆਂ ਦਾ ਪਟਿਆਲੇ ਦੇ ਵਿੱਚ, ਤਾਂ ਇਮੀਡੀਏਟਲੀ ਸਰਕਾਰ ਨੇ IG ਅਤੇ SSP ਉੱਥੋਂ ਦੌਰਾਨ ਕਲੈਸ਼ ਦੇ ਹੀ ਹਾਲੇ ਮਾਮਲਾ ਠੰਡਾ ਵੀ ਨਹੀਂ ਸੀ ਹੋਇਆ ਉਹਦੇ ਦੌਰਾਨ ਹੀ ਜਿਹੜੇ ਸੀਗੇ ਜੀ ਉਹਨਾਂ ਦੀ ਤਬਾਦਲੇ ਕਰਤੇ ਸੀ। ਸੋ ਸਰਕਾਰ ਨੇ ਇੰਡੀਕੇਸ਼ਨ ਤਾਂ ਦਿੱਤੀ ਹੈ, ਹੁਣ ਇਹ ਕਿਉਂਕਿ ਫੈਲਿਆ ਬਹੁਤ ਹੋਇਆ ਮਾਮਲਾ, ਇਹ ਦੇਖੋ ਇਹਦਾ ਅਸਰ ਕਿੱਥੇ ਤੱਕ ਹੁੰਦਾ। ਜਿਹੜੀ ਹੁਣ ਉਦਣ ਹਾਈਕੋਰਟ 'ਚ ਜਿਹੜੀ ਅਗਲੀ ਪੇਸ਼ੀ ਹੈ ਜਦੋਂ ਜੁਲਾਈ ਦੇ ਵਿੱਚ ਪਹਿਲੇ ਹਫ਼ਤੇ 'ਚ ਹੋਣੀ ਹੈ, ਕਿਉਂਕਿ ਹੁਣ ਆਉਣ ਵਾਲੇ ਦਿਨਾਂ 'ਚ ਹਾਈਕੋਰਟ 'ਚ ਸਮਰ ਵਕੇਸ਼ਨ ਹੋ ਜਾਣੀ ਹੈ। ਸੋ ਉਸ ਤੋਂ ਬਾਅਦ ਸੁਣਵਾਈ ਹੋਣੀ ਆ, ਸੋ ਉਦੋਂ ਦੇਖਦੇ ਹਾਂ ਇਹ ਹੁਣ ਕਿੱਧਰਲੇ ਪਾਸੇ ਨੂੰ ਸਰਕਾਰ ਆਪਣਾ ਇਰਾਦਾ ਕੀ ਬਣਾਉਂਦੀ ਹੈ। ਸਰਕਾਰ ਨੇ ਆਲਰੇਡੀ ਇੱਕ ਗੱਲ ਉਹਨੇ ਜ਼ਰੂਰ ਦਿੱਤੀ ਕਿ ਅਸੀਂ SIT ਬਣਾਈ ਸੀ, ਉਸ SIT ਦੇ ਕੰਮ ਕਰਦੇ ਹੋਏ ਬਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਤੱਕ ਪਹੁੰਚਾ ਤਾ। ਉਹ ਬੇਸ਼ੱਕ ਜਿਹੜੀ ਹੈਗੀ ਆ ਇਹ ਪਿਛਲੀ ਸਰਕਾਰ ਦੌਰਾਨ ਕੇਸ ਰਜਿਸਟਰ ਹੋਇਆ ਸੀ, ਪਰ ਉਹਨਾਂ ਨੇ ਕਿਹਾ ਜੀ ਅਸੀਂ ਇੱਕ ਕੰਟੀਨਿਊਟੀ ਵੀ ਦਿਖਾ ਰਹੇ ਹਾਂ। ਸੋ ਇਹ ਕੰਟੀਨਿਊਟੀ ਦਿਖਾਉਣਗੇ, ਨਵੇਂ ਸਟੈਪ ਕੀ ਲੈਣਗੇ ਇਹ ਸਰਕਾਰ, ਕਿਉਂਕਿ ਜਦੋਂ ਆਪਣਾ ਕੈਂਪੇਨ ਹੋ ਰਹੀ ਸੀ ਉਦੋਂ ਆਮ ਆਦਮੀ ਪਾਰਟੀ ਨੇ ਇਹ ਕਿਹਾ ਸੀ ਕਿ ਅਸੀਂ ਪੰਜਾਬ ਨੂੰ ਜਿਹੜਾ ਹੈਗਾ ਨਸ਼ੇ ਦੀ ਗ੍ਰਿਪ 'ਚੋਂ ਬਾਹਰ ਕੱਢਾਂਗੇ, ਇਹਦੇ ਵਿੱਚ ਜੋ ਸਾਡੀ ਵਾਹ ਲੱਗੇਗੀ ਅਸੀਂ ਲਾਵਾਂਗੇ। ਹੁਣ ਟਾਈਮ ਐਕਸ਼ਨ ਦਾ ਵਾ, ਦੇਖਦੇ ਹਾਂ ਹੁਣ ਇਹ ਕਿੱਥੇ ਤੱਕ ਜਾਂਦੀ ਹੈ ਗੱਲ ਦੀ। ਜੀ, ਅਤੇ ਪੰਦੇਸ਼ ਸਾਹਿਬ, ਨਸ਼ੇ ਖਿਲਾਫ਼ ਇੱਕ ਮੁਹਿੰਮ ਜਿਹੜੀ ਆ ਉਹ ਮਣੀਪੁਰ ਦੀ ਸਰਕਾਰ ਵੱਲੋਂ ਵੀ ਸ਼ੁਰੂ ਕੀਤੀ ਗਈ ਸੀ ਅਤੇ ਇਸ ਮੁਹਿੰਮ ਦੇ ਲਈ 4 ਹੋਰ ਕਬੀਲਿਆਂ ਨੇ ਸਮਰਥਨ ਦੀ ਪੇਸ਼ਕਸ਼ ਕੀਤੀ ਹੈ। ਇਹ ਬੜੀ ਦੇਖੋ ਜੀ ਕਮਾਲ ਦੀ ਗੱਲ ਹੈ ਕਿ ਆਪਣੇ ਜਿਹੜੇ ਨੌਰਥ ਈਸਟ ਹੈ ਸਾਡੇ, ਆਈ ਡੋਂਟ ਥਿੰਕ ਸੋ ਬਹੁਤ ਸਾਰੇ ਸਾਡੇ ਸਰੋਤੇ ਉੱਥੇ ਉਹਨਾਂ ਨਾਲ ਵਾਬਸਤਾ ਹੋਣਗੇ, ਜਿਹੜਾ ਨੌਰਥ ਈਸਟ ਹੈ ਉਹਦੇ ਵਿੱਚ ਨਾਗਾਲੈਂਡ ਹੋਵੇ, ਮਣੀਪੁਰ, ਤ੍ਰਿਪੁਰਾ ਵਗੈਰਾ, ਹੁਣ ਉੱਥੇ ਹਾਲੇ ਵੀ ਉਹਨਾਂ ਦੇ ਕਬੀਲਿਆਂ ਦੀ ਟ੍ਰਾਈਬਸ ਦੀ ਜਿਹੜੀ ਹੈਗੀ ਆ ਪਕੜ ਸੋਸ਼ਲ ਲੈਵਲ 'ਤੇ ਕਾਫੀ ਹੈ। ਸੋ ਮਣੀਪੁਰ ਦੇ ਵਿੱਚ ਜਿਹੜੀ ਸਰਕਾਰ ਚੱਲ ਰਹੀ ਸੀ ਉਹ ਚੱਲ ਰਿਹਾ ਸੀ ਅਤੇ ਇਹ ਹੁਣ ਜਿਹੜੀਆਂ ਟ੍ਰਾਈਬਸ ਨੇ ਇਹਨਾਂ ਨੇ ਫੈਸਲੇ ਕੀਤੇ, ਇੱਕ ਤਾਂ ਫੈਸਲੇ ਇਹ ਕੀਤੇ ਆ ਕਿ ਜਿਹੜੇ ਉਹਨਾਂ ਦੇ ਫੋਰੈਸਟ ਨੇ ਔਰ ਫੋਰੈਸਟ ਦੇ ਵਿੱਚ ਜਿਹੜੇ ਰਿਸੋਰਸਿਸ ਨੇ ਉਹਨਾਂ ਨੂੰ ਪ੍ਰਿਜ਼ਰਵ ਕਰਕੇ ਰੱਖਣਾ, ਕੰਜ਼ਰਵ ਕਰਨਾ ਅਤੇ ਉਹਨਾਂ 'ਚ ਮਿਲਾਵਟ ਨਹੀਂ ਜੇ ਹੋਣ ਦੇਣੀ। ਪਰ ਇੱਥੇ ਕੋਈ 4 ਜਿਹੜੀ ਹੈਗੀ ਆ ਜੁਆਇੰਟ ਟ੍ਰਾਈਬ ਕਾਊਂਸਲ ਹੈਗੀ ਆ ਅਤੇ ਫਿਰ ਹੈਗੇ ਜੁਆਇੰਟ ਟ੍ਰਾਈਬਸ ਸਟੂਡੈਂਟਸ ਐਸੋਸੀਏਸ਼ਨ ਹੈ, ਇਹਨਾਂ ਨੇ 4 ਟ੍ਰਾਈਬਸ ਨੇ ਮਣੀਪੁਰ ਦੀਆਂ, ਇਨਪੁਈ, ਲਿਆਂਗਮਾਈ, ਰੋਂਗਮੀ ਅਤੇ ਜ਼ੇਮੇ। ਇਹ ਇਹਨਾਂ ਨੇ ਇੱਕ ਡੈਕਲਰੇਸ਼ਨ ਉੱਥੋਂ ਦੇ ਚੀਫ ਮਿਨਿਸਟਰ ਐਨ ਬਿਰੇਨ ਸਿੰਘ ਨੂੰ ਦਿੱਤਾ ਕਿ ਜੀ ਜਿਹੜਾ ਸਰਕਾਰ ਦਾ ਵਾਰ ਔਨ ਡਰੱਗਸ ਆ ਉਹਦੇ ਉਸ ਉਹਨੂੰ ਸਪੋਰਟ ਕਰਨ ਵਾਸਤੇ ਇਹਨਾਂ ਨੇ ਆਪਣੀ ਜਿਹੜੀ ਇੱਕ ਕੈਂਪੇਨ ਸਟਾਰਟ ਕੀਤੀ ਆ ਕਿ ਇਹਨਾਂ ਦੇ ਜਿਹੜੇ ਇਲਾਕੇ ਨੇ ਜਿਹਨਾਂ ਦੇ ਵਿੱਚ ਉਹ 'ਚ ਡਰੱਗਸ ਅਤੇ ਅਫੀਮ, ਡਰੱਗ ਐਂਡ ਪੋਪੀ ਫਰੀ ਜ਼ੋਨ ਆਪਣੇ ਇਹ ਬਣਾਉਣਗੇ ਟ੍ਰਾਈਬਸ ਆਪ, ਅਤੇ ਉਹਦੇ 'ਚ ਜਿਹੜੇ ਯੂਥ ਹੈ ਉਹਨਾਂ ਨੂੰ ਜਿਹੜੀ ਉੱਥੇ ਪੋਪੀ ਪਲਾਂਟੇਸ਼ਨ ਹੋ ਰਹੀ ਸੀ ਉਹਦੇ ਨੂੰ ਰੋਕਣ ਵਾਸਤੇ ਇਲਜ਼ਾਮ ਬੰਦ ਕਰਨਗੇ, ਅਤੇ ਇਲੀਗਲ ਟ੍ਰੇਡ ਜਿਹੜੀਆਂ ਹੈਗੀਆਂ ਨੇ ਉੱਥੇ ਚੱਲ ਰਹੀਆਂ ਅਕਰੋਸ ਦੀ ਬਾਰਡਰ, ਉੱਥੋਂ ਵੀ ਬਰਮਾ ਵਾਲੇ ਪਾਸਿਓਂ ਵੀ, ਜਿਵੇਂ ਆਪਾਂ ਨੂੰ ਪੰਜਾਬ ਦੇ ਵਿੱਚ ਪ੍ਰੋਬਲਮ ਆਉਂਦੀ ਹੈ, ਬਰਮਾ ਵਾਲੇ ਪਾਸਿਓਂ ਵੀ ਬਹੁਤ ਸਾਰਾ ਈਵਨ ਚਾਈਨਾ ਪੁਸ਼ ਕਰਦਾ, ਕਈ ਵਾਰੀ ਚਾਈਨੀਜ਼ ਪਾਸਿਓਂ ਵੀ ਆਉਂਦੀਆਂ ਨੇ, ਅਤੇ ਉਹਨਾਂ ਨੇ ਇਹ ਡੈਕਲਰੇਸ਼ਨ ਕੀਤੀ ਹੈ ਕਿ ਅਸੀਂ ਇਹਨਾਂ ਨੂੰ ਨਹੀਂ ਹੋਣ ਦੇਵਾਂਗੇ। ਜਿਹੜੀ ਹੈ ਡਰੱਗਸ ਦੀਆਂ ਹੋਰ ਵੀ ਜਿਹੜੀ ਹੈਗੀ ਆ ਪੋਪੀ ਦੀਆਂ ਪਲਾਂਟੇਸ਼ਨ ਉਸ ਇਲਾਕੇ 'ਚ, ਅਫੀਮ ਆਪਣੀ ਜਿਹੜੀ ਹੁੰਦੀ ਆ ਪੋਸਟ ਦੀ, ਕਿਸੇ ਵੀ ਜਿਹੜੀ ਹੈਗੀ ਹੈ ਕਾਸਟ ਜਿਹੜੀ ਹੈ ਉਹਨੂੰ ਹੋਣ ਨਹੀਂ ਦੇਣਗੇ। ਸੋ ਮੈਂ ਇਹ ਹੈਗਾ ਜੀ ਇਹ ਇੰਪੋਰਟੈਂਟ ਇਸ ਲਈ ਹੋ ਜਾਂਦਾ ਕਿਉਂਕਿ ਇਹਦੇ 'ਚ ਸਟੂਡੈਂਟਸ ਇਨਵੋਲਵ ਨੇ, ਸਾਡੀਆਂ ਜਥੇਬੰਦੀਆਂ ਬੇਸ਼ੱਕ ਅਸੀਂ ਸਾਰਾ ਦਿਨ ਸਰਕਾਰ ਨੂੰ ਕੋਸਦੇ ਰਹਿੰਦੇ ਹਾਂ, ਹੁਣ ਜਿਹੜੀਆਂ ਸਮਾਜਿਕ ਜਥੇਬੰਦੀਆਂ ਨੇ ਪੰਜਾਬ ਦੇ ਵਿੱਚ, ਧਾਰਮਿਕ ਜਥੇਬੰਦੀਆਂ ਨੇ, ਬੇਸ਼ੱਕ ਸਾਡੇ ਟ੍ਰਾਈਬਲ ਕਲਚਰ ਨਹੀਂ ਹੈਗਾ ਪਰ ਸਾਡੇ ਹੋਰ ਸੰਸਥਾਵਾਂ ਬੜੀਆਂ ਨੇ, ਸਾਡੇ ਡੇਰੇ ਨੇ, ਹੋਰ ਕਈ ਗੱਲਾਂ 'ਚ ਤਾਂ ਬਹੁਤ ਕੰਮ ਕਰਦੇ ਆ, ਪਰ ਇਸ ਪਾਸੇ ਜਿੱਥੇ ਜਿਹੜਾ ਪੰਜਾਬ ਦੇ ਵਾਸਤੇ ਬਹੁਤ ਵੱਡਾ ਚੈਲੇਂਜ ਹੈ
ਪੰਜਾਬ ਦੀ ਇੱਕ ਕਿਸਮ ਦੇ ਉੱਤੇ ਇੱਕ ਸਾਇਲੈਂਟ ਨਸਲਕੁਸ਼ੀ ਹੋ ਰਹੀ ਹੈ, ਕਿਉਂਕਿ ਬਹੁਤ ਜੇ ਅਸੀਂ ਖਬਰਾਂ ਦੇਖੀਏ ਵਾਸੂ ਜੀ, ਰੋਜ਼ ਇੱਕ ਨੌਜਵਾਨ ਹੀ ਜਾਂਦਾ ਜਿਹੜਾ ਓਵਰਡੋਜ਼ ਦੇ ਨਾਲ ਜਾਂਦਾ, ਅਤੇ ਜਾਂ ਜਿਹੜਾ ਹੈਗਾ ਕ੍ਰਾਈਮ ਦੇ ਵਿੱਚ ਵੀ ਆਪਣੇ ਨਸ਼ੇ ਨੂੰ ਦੀ ਪੂਰਤੀ ਵਾਸਤੇ ਉਹਨੂੰ ਹੁਣ ਐਕਸਪੈਕਟ ਇਹ ਜਿਹੜਾ ਅਨੁਮਾਨ ਹੈ ਕਿ ਰੋਜ਼ ਦਾ 1,000-1,500 ਰੁਪਈਆ ਔਸਤ ਚਾਹੀਦਾ ਨਸ਼ਾ ਆਪਣਾ ਕਰਨ ਵਾਸਤੇ, ਸੋ ਉਹਨੂੰ ਪੂਰਿਆ ਕਰਨ ਵਾਸਤੇ ਫਿਰ ਇਹ ਕ੍ਰਾਈਮ ਵੀ ਕਰਦੇ ਆ। ਸੋ ਕ੍ਰਾਈਮ ਦੇ ਵਿੱਚ ਵੀ ਯੂਥ ਇਨਵੋਲਵ ਆ, ਯੂਥ ਜਾਂ ਤਾਂ ਮਰ ਜਾਂਦਾ ਜਾਂ ਕ੍ਰਾਈਮ ਕਰਦਾ। ਸਾਡੀ ਜਿਹੜੀ ਹੈਗੀ ਆ ਪ੍ਰੋਡਕਟਿਵਿਟੀ ਦੇ ਵਿੱਚ ਯੂਥ ਪਾਰਟੀਸਪੇਸ਼ਨ ਘੱਟਦੀ ਜਾ ਰਹੀ ਹੈ। ਸੋ ਜਿਹੜੀਆਂ ਸਮਾਜਿਕ ਅਤੇ ਧਾਰਮਿਕ ਜਿਹੜੀਆਂ ਔਰਗਨਾਈਜੇਸ਼ਨ ਨੇ ਪੰਜਾਬ ਦੀਆਂ, ਉਹਨਾਂ ਨੂੰ ਇਹ ਸੇਧ ਰਿਹਾ। ਮੈਂ ਖਬਰ ਇਸ ਲਈ ਜਿਹੜੀ ਹੈਗੀ ਇਹ ਸਾਂਝੀ ਕਰਨੀ ਮੁਨਾਸਿਬ ਸਮਝ ਰਿਹਾ ਜੀ, ਕਿ ਸਾਡੇ ਜਿਹੜਾ NRI ਭਾਈਚਾਰਾ ਉਹ ਜ਼ਰੂਰ ਉਹਨਾਂ ਨੂੰ ਪ੍ਰੈਸ਼ਰ ਪਾਉਣਾ ਚਾਹੀਦਾ ਸੋਸ਼ਲ ਔਰਗਨਾਈਜੇਸ਼ਨ ਦੇ ਉੱਤੇ ਔਰ ਧਾਰਮਿਕ ਔਰਗਨਾਈਜੇਸ਼ਨ, ਕਿਉਂਕਿ ਜਿਹੜਾ NRIs ਦਾ ਜਦੋਂ ਪ੍ਰੈਸ਼ਰ ਪੈਂਦਾ ਨਾ ਜੀ, ਉਹ ਸੁਣਦਾ, ਇੱਥੇ ਲੋਕਲ ਤਾਂ ਸੁਣਦਾ ਨਹੀਂ ਲੋਕਾਂ ਨੂੰ। ਅਤੇ ਦੂਸਰੀ ਇੰਪੋਰਟੈਂਟ ਗੱਲ ਆ, ਜਿਹੜੀਆਂ ਪਿੰਡਾਂ ਦੀਆਂ ਪੰਚਾਇਤਾਂ ਨੇ ਉਹ ਵੀ ਬਹੁਤ ਵੱਡਾ ਇਹਦੇ 'ਚ ਰੋਲ ਅਦਾ ਕਰ ਸਕਦੀਆਂ ਨੇ। ਜੇ ਮਣੀਪੁਰ ਦੀਆਂ ਟ੍ਰਾਈਬਸ ਇਹ ਕਹਿਣਗੇ ਕਿ ਅਸੀਂ ਪੋਸਟ ਦੀ ਉੱਥੇ ਕਾਸਟ ਨਹੀਂ ਹੋਣ ਦੇਣੀ, ਤਾਂ ਫਿਰ ਸਾਡੇ ਵੀ ਇੱਥੇ ਲੋਕਲ ਲੈਵਲ ਦੇ ਉੱਤੇ ਕਿਹਾ ਜਾ ਸਕਦਾ ਕਿ ਜੀ ਅਸੀਂ ਇੱਥੇ ਨਸ਼ਾ ਵਿਕਣ ਨਹੀਂ ਦੇਣਾ। ਭਗਵੰਤ ਮਾਨ ਨੇ ਜਿਵੇਂ ਆਪਣੀ DC ਔਰ SSPs ਦੀ ਜਿਹੜੀ ਮੀਟਿੰਗ ਆ ਉਹਦੇ 'ਚ DCs ਨੂੰ ਕਿਹਾ ਜਿਹੜੀ ਰੀਹੈਬਲੀਟੇਸ਼ਨ ਦਾ ਪ੍ਰੋਗਰਾਮ, ਔਰ ਫਿਰ ਬਾਅਦ 'ਚੋਂ ਪ੍ਰੈਸ ਨਾਲ ਵੀ ਮੁਖਾਤਬ ਹੁੰਦੇ ਉਹਨਾਂ ਨੇ ਕਿਹਾ ਕਿ ਰੀਹੈਬਲੀਟੇਸ਼ਨ ਬਹੁਤ ਇੰਪੋਰਟੈਂਟ ਹੈ ਅਤੇ ਫਿਰ ਵਾਚ ਰੱਖਣੀ ਬੜੀ ਇੰਪੋਰਟੈਂਟ ਹੈ। ਅਸੀਂ ਕਹਿੰਦੇ ਜੀ ਇਹ ਜਿਹੜੇ ਕੈਂਪ ਲਾਉਣੇ ਆ ਜਿਹੜੇ ਐਡਿਕਟ ਨੇ ਉਹਨਾਂ 'ਚ ਜਿਹੜੇ ਲੋਕ ਛੱਡ ਕੇ ਜਾਂਦੇ ਆ ਉਹਨਾਂ ਨੂੰ ਪ੍ਰੇਰਿਤ ਕਰਾਂਗੇ ਕਿ ਉਹ ਜਾ ਕੇ ਆਪਣੀ ਸਟੋਰੀਜ਼ ਦੱਸਣ ਕਿਵੇਂ ਛੱਡਿਆ। ਪਰ ਨਾ ਇਹ ਕੰਮ ਪੰਚਾਇਤਾਂ ਲੈਵਲ 'ਤੇ ਵੀ ਹੋ ਸਕਦਾ, ਜਿਸ ਤਰ੍ਹਾਂ ਇਹਨਾਂ ਨੇ ਟ੍ਰਾਈਬਸ ਨੇ ਕੀਤਾ ਕਿ ਜੀ ਉਹ ਜਿਹੜੇ ਲੋਕਲ ਐਡਿਕਟਸ ਨੇ ਉਹਨਾਂ ਨੂੰ ਸਪੋਰਟ ਸਿਸਟਮ ਬਣੇ, ਉਹਨਾਂ ਨੂੰ ਆਈਸੋਲੇਟ ਨਾ ਕਰਨ, ਉਹਨਾਂ ਨੂੰ ਕਿਸੇ ਲੈਵਲ 'ਤੇ ਸਪੋਰਟ ਕਰਨ। ਅਤੇ ਆਈਸੋਲੇਟ ਕਰਨ ਦੀ ਲੋੜ ਹੈਗੀ ਹੈ ਜਿਹੜੇ ਡਰੱਗਸ ਨੂੰ ਉੱਥੇ ਮੁਹੱਈਆ ਕਰਾਉਂਦੇ ਨੇ ਉਹਨਾਂ ਨੂੰ ਆਈਸੋਲੇਟ ਕਰਨ, ਅਤੇ ਜਿਹੜੇ ਐਡਿਕਟਸ ਨੇ ਉਹਨਾਂ ਨੂੰ ਸਪੋਰਟ ਕਰਨ, ਕਿਉਂਕਿ ਐਡਿਕਟ ਜਿਹੜੇ ਹੈਗੇ ਆ ਉਹ ਵਿਕਟਿਮਸ ਨੇ, ਉਹ ਇਹਦੇ ਪਾਰਟਿਸਿਪੈਂਟ ਨੇ ਜੀ। ਪੰਦੇਰ ਸਾਹਿਬ, BKU ਉਗਰਾਹਾਂ ਵੱਲੋਂ ਇਹ ਫੈਸਲਾ ਲਿਆ ਗਿਆ, ਕਹਿੰਦੇ ਵੀ ਜਿਹੜੀ ਝੋਨੇ ਦੀ ਸਿੱਧੀ ਬਿਜਾਈ ਆ, ਕਹਿੰਦੇ ਵੀ ਇਹ ਰਿਸਕੀ ਕੰਮ ਹੋ ਸਕਦਾ, ਅਤੇ ਜਿਹੜਾ ਕੋਈ ਕਿਸਾਨ ਇਸ ਟੈਕਨੀਕ ਨੂੰ ਅਡੋਪਟ ਕਰਦਾ, ਸਰਕਾਰ ਨੂੰ ਚਾਹੀਦਾ ਵੀ ਉਹਨੂੰ ਘੱਟੋ ਘੱਟ 10,000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਰਿਸਕ ਭੱਤਾ ਦਿੱਤਾ ਜਾਵੇ। ਹਾਂਜੀ ਵਾਸੂ ਜੀ, ਪਿਛਲੇ ਮਹੀਨੇ 17 ਤਰੀਕ ਨੂੰ ਇਹਨਾਂ ਦੇ ਨਾਲ ਮੀਟਿੰਗ ਹੋਈ ਸੀ ਭਗਵੰਤ ਮਾਨ CM ਦੀ, ਅਤੇ ਉਹਦੇ ਵਿੱਚ ਬਹੁਤ ਸਾਰੀਆਂ ਤਜਵੀਜ਼ਾਂ ਦੇ ਉੱਤੇ ਜਿਵੇਂ ਪੰਜਾਬ ਦਾ ਘੱਟਦਾ ਹੋਇਆ ਵਾਟਰ ਟੇਬਲ, ਫਿਰ ਫਸਲੀ ਵਿਭਿੰਨਤਾ ਔਰ ਕਈ ਹੋਰ ਮੁੱਦਿਆਂ ਦੇ ਉੱਤੇ ਗੱਲਬਾਤ ਹੋਈ, ਅਤੇ ਸਰਕਾਰ ਨੇ ਇਹਨਾਂ ਦੇ ਕੋਲੋਂ ਕਿਸਾਨਾਂ ਕੋਲੋਂ ਲਿਖਤੀ ਰੂਪ ਦੇ ਵਿੱਚ ਸੁਝਾਅ ਵੀ ਮੰਗੇ ਸੀ, ਜੋ ਕੱਲ੍ਹ ਇਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਚੰਡੀਗੜ੍ਹ ਪ੍ਰੈਸ ਕਲੱਬ ਦੇ ਵਿੱਚ BKU ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਧੜੇ ਨੇ, ਖੁਦ ਜੋਗਿੰਦਰ ਸਿੰਘ ਉਗਰਾਹਾਂ ਪ੍ਰਧਾਨ ਜਿਹੜੇ ਸੀ ਉਹਨਾਂ ਨੇ ਇਹਨੂੰ ਸੰਬੋਧਨ ਕੀਤਾ, ਨਾਲ ਸੁਖਦੇਵ ਸਿੰਘ ਕੋਕਰੀ ਕਲਾਂ ਵੀ ਨਾਲ ਸੀਗੇ। ਸੋ ਉਹਨਾਂ ਨੇ ਇਹ ਗੱਲ ਕੀਤੀ ਹੈ ਕਿ ਜਿਹੜੀ ਸਰਕਾਰ ਨੇ ਪਹਿਲੀ ਗੱਲ ਉਹਨਾਂ ਨੇ ਤਜਵੀਜ਼ਾਂ ਦਿੱਤੀਆਂ ਸੀ ਅਤੇ ਉਦੋਂ ਬਾਅਦ 'ਚੋਂ ਮੀਟਿੰਗ ਕਰਨੀ ਸੀ, ਉਹ ਮੀਟਿੰਗ ਦੀ ਤਰੀਕ ਨਹੀਂ ਦਿੱਤੀ। ਫਿਰ ਜਿਹੜੀ ਤਜਵੀਜ਼ ਜਿਹੜੀ ਅੱਜ ਕੱਲ੍ਹ ਬਹੁਤ ਸਾਰੇ ਅਖਬਾਰਾਂ ਦੇ ਵਿੱਚ ਔਰ ਜਿਹੜੇ ਚੈਨਲਸ ਨੇ ਉਹਨਾਂ ਦੇ ਉੱਪਰ ਐਡਵਰਟਾਈਜ਼ਮੈਂਟ ਦੇ ਥਰੂ ਆਉਂਦੀ ਹੈ, ਕਿ ਜਿੱਥੇ ਮੁੱਖ ਮੰਤਰੀ ਇਹ ਕਹਿ ਰਹੇ ਆ ਕਿ ਜੇ ਤੁਸੀਂ ਡਾਇਰੈਕਟ ਸੋਇੰਗ ਕਰੋ ਜਾਂ ਨੋਰਮਲੀ, ਸਾਡੇ ਸਾਰਿਆਂ ਨੂੰ ਪਤਾ ਕਿ ਅਸੀਂ ਪੇਂਡੂ ਜਿਹੜੀ ਹੈਗੀ ਆ ਬੈਕਗਰਾਊਂਡ ਤੋਂ ਹੈਗੇ ਹਾਂ, ਕਿ ਝੋਨੇ ਦੀ ਜਦੋਂ ਆਪਾਂ ਫਸਲ ਲਾਉਂਦੇ ਹਾਂ ਤਾਂ ਕੱਦੂ ਕਰਦੇ ਹਾਂ ਅਤੇ ਪਾਣੀ ਖੜਾ ਕਰਦੇ ਹਾਂ, ਪੂਰੇ ਦਾ ਪੂਰਾ ਪੰਜਾਬ ਇੱਕ ਬਹੁਤ ਵੱਡੀ ਲੇਕ ਬਣ ਜਾਂਦਾ ਉਹਨਾਂ ਦਿਨਾਂ ਦੇ ਵਿੱਚ। ਇਹ ਇਸ ਲਈ ਕਰਨੀ ਪੈਂਦੀ ਹੈ ਕਿਉਂਕਿ ਕੱਦੂ ਦੇ ਨਾਲ ਜਿਹੜੇ ਬਹੁਤ ਸਾਰੇ ਨਦੀਨ ਨਹੀਂ ਹੁੰਦੇ ਅਤੇ ਝਾੜ ਠੀਕ ਠਾਕ ਰਹਿੰਦਾ। ਸੋ ਇਹਦੇ ਨਾਲ ਕਿਉਂਕਿ ਪੰਜਾਬ ਦਾ ਪਾਣੀ ਜਿਹੜਾ ਦਰਿਆਈ ਪਾਣੀ ਆ ਉਹਦੇ ਵਿੱਚੋਂ ਪੰਜਾਬ ਸਿਰਫ 23% ਆਪਣਾ ਵਰਤ ਸਕਦਾ, ਬਾਕੀ ਨਹੀਂ ਵਰਤ ਸਕਦਾ। ਝੋਨੇ ਦੀ ਫਸਲ ਵਾਸਤੇ ਹੋਰ ਪਾਣੀ ਦੀ ਲੋੜ ਆ, ਉਸ ਨੂੰ ਜਿਹੜਾ ਹੈਗਾ ਪੂਰਤੀ ਕਰਨ ਵਾਸਤੇ ਤਾਂ ਟਿਊਬਵੈੱਲਾਂ ਦੀ ਹੈਗੀ ਆ, ਕੋਈ 16 ਲੱਖ ਟਿਊਬਵੈੱਲ ਪੰਜਾਬ 'ਚ ਚੱਲਦੇ ਆ, ਅਤੇ ਇਹ ਸਾਰੇ ਦੇ ਸਾਰੇ ਜਿਹੜੇ ਇਹਦੇ ਨਾਲ ਪਾਣੀ ਗਰਾਊਂਡ ਵਾਟਰ ਟੇਬਲ ਥੱਲੇ ਜਾਂਦਾ। ਤਾਂ ਹੁਣ ਮੁੱਖ ਮੰਤਰੀ ਦੀ ਇਹ ਸਕੀਮ ਹੈ ਕਿ ਜੇ ਤੁਸੀਂ ਡਾਇਰੈਕਟ ਸੋਇੰਗ ਕਰੋ ਬਿਨਾਂ ਕੱਦੂ ਕੀਤੇ, ਜਿਵੇਂ ਕਣਕ ਨੂੰ ਲਾਉਂਦੇ ਹਾਂ ਉਵੇਂ ਲਾ ਲਈਏ, ਤਾਂ ਕਹਿੰਦੇ ਕੋਈ ਬੜਾ ਫਰਕ ਨਹੀਂ ਪੈਂਦਾ ਝਾੜ ਦੇ ਵਿੱਚ, ਅਤੇ ਪਾਣੀ ਵੀ ਘੱਟ ਲੱਗਦਾ, ਅਤੇ ਉਹ ਸਾਰੀ ਦੀ ਸਾਰੀ ਗੱਲ ਹੈ। ਜਿਹੜੇ ਕਿਸਾਨ ਇਹ ਕਰਨਗੇ ਉਹਨਾਂ ਨੂੰ ਅਸੀਂ 1,500 ਰੁਪਈਆ ਏਕੜ ਜਿਹੜਾ ਹੈਗਾ ਅਲਾਊਂਸ ਦੇਵਾਂਗੇ। ਇਹ ਅਲਾਊਂਸ ਜਿਹੜਾ ਹੈਗਾ ਆਪਣੇ
ਉਗਰਾਹਾਂ ਸਾਹਿਬ ਕਹਿ ਰਹੇ ਆ ਕਿ ਇਹ ਘੱਟ ਆ, ਇਹ 10,000 ਰੁਪਈਆ ਪਰ ਏਕੜ ਹੋਣਾ ਚਾਹੀਦਾ, ਕਿਉਂਕਿ ਰਿਸਕ ਜਿਹੜਾ ਹੈਗਾ ਸ਼ਿਫਟ ਜਿਹੜੀ ਹੈ ਉਹ ਸ਼ਿਫਟ ਜੇ ਸਪੋਰਟ ਕਰਨੀ ਆ ਸਰਕਾਰ ਨੇ ਤਾਂ ਜੇ ਕੱਲ੍ਹ ਨੂੰ ਫੇਲੀਅਰ ਹੁੰਦਾ, ਕਿਉਂਕਿ ਇਹ ਜਿਹੜੀ ਸ਼ਿਫਟ ਹੈ ਇਹ ਸਰਕਾਰ ਕਹਿ ਰਹੀ ਹੈ ਤੁਸੀਂ ਸ਼ਿਫਟ ਕਰੋ ਕੱਦੂ ਤੋਂ ਡਾਇਰੈਕਟ ਸੋਇੰਗ ਵਾਸਤੇ, ਸੋ ਸਰਕਾਰ ਇਹਦੀ ਰਿਸਪੋਂਸੀਬਿਲਿਟੀ ਲਵੇ। ਸਰਕਾਰ ਕਰੋਪ ਅਗਰ ਕੋਈ ਫੇਲ ਹੁੰਦੀ ਹੈ ਤਾਂ ਕਿਸਾਨ ਦਾ ਨੁਕਸਾਨ ਨਾ ਹੋਵੇ, ਉਹਦੀ ਜਿਹੜੀ ਹੈਗਾ ਰਿਸਕ ਫੈਕਟਰ ਜਿਹੜਾ ਹੈ ਉਹ ਕਵਰ ਕਰਨਾ ਸਰਕਾਰ ਦੀ ਡਿਊਟੀ ਬਣਦੀ। ਦੂਸਰੀ ਗੱਲ ਜਿਹੜੀ ਬਹੁਤ ਇੰਪੋਰਟੈਂਟ ਉਹਨਾਂ ਨੇ ਗੱਲ ਕੀਤੀ ਹੈ, ਕਹਿੰਦੇ ਜੀ ਜਿਹੜਾ ਤੁਸੀਂ ਬਦਨਾਮ ਕਰਨ ਲੱਗੇ ਹੋਏ ਹੋ ਕਿਸਾਨਾਂ ਨੂੰ ਕਿ ਕਿਸਾਨ ਬਈ ਝੋਨਾ ਲਾਉਣ ਵਾਸਤੇ ਜਿਹੜਾ ਗਰਾਊਂਡ ਵਾਟਰ ਉਹ ਥੱਲੇ ਜਾ ਰਿਹਾ ਹੈ ਉਹਦੇ ਵਾਸਤੇ ਉਹਨਾਂ ਨੇ ਬਿਲਕੁਲ ਜਿਹੜੀ ਮੈਂ ਪਹਿਲਾਂ ਗੱਲ ਕੀਤੀ ਹੈ ਵੀ ਇੱਕ ਤਾਂ ਦਰਿਆਈ ਪਾਣੀ ਦੀ ਅਵੇਲੇਬਿਲਿਟੀ ਨਹੀਂ ਹੋ ਰਹੀ, ਇੱਕ ਤਾਂ ਉਹ ਹੈ। ਦੂਸਰੀ ਉਹਨਾਂ ਨੇ ਬਹੁਤ ਇੰਪੋਰਟੈਂਟ ਗੱਲ ਕੀਤੀ ਹੈ, ਮੈਂ ਵੀ ਆਪਣੇ ਕਈ ਜਿੱਥੇ ਗੱਲ ਕਰਦਾ ਇਸ ਮਾਮਲੇ ਦੇ ਉੱਤੇ ਮੈਂ ਵੀ ਇਹ ਗੱਲ ਸਾਂਝੀ ਕੀਤੀ ਆ ਕਿ ਜਿੱਦਣ ਦਾ ਝੋਨਾ ਲਾਉਣਾ ਸ਼ੁਰੂ ਕੀਤਾ ਅਸੀਂ ਜਿਹੜਾ ਗਰਾਊਂਡ ਵਾਟਰ ਨੂੰ ਰੀਚਾਰਜ ਕਰਨ ਦਾ ਜਿਹੜਾ ਸਾਡੇ ਐਕੁਈਫਰ ਨੇ ਉਹਨਾਂ ਨੂੰ ਰੀਚਾਰਜ ਕਰਨ ਦਾ ਕੋਈ ਸਿਸਟਮ ਨਹੀਂ ਹੈ। ਵਾਸੂ ਜੀ ਸਾਡੇ ਪੁਰਾਣੇ ਜਿਹੜੇ ਸਰੋਤੇ ਨੇ ਸਿਆਣੀ ਉਮਰ ਦੇ ਨੇ ਉਹ ਬਿਲਕੁਲ ਉਹਨਾਂ ਨੂੰ ਯਾਦ ਹੋਣਾ ਕਿ ਜਦੋਂ ਅਸੀਂ ਪਿੰਡਾਂ ਦੇ ਵਿੱਚ ਖੂਹ ਪੱਟਦੇ ਸੀ ਇੱਕ ਖਾਸ ਜਗ੍ਹਾ ਐਵੇਂ ਨਹੀਂ ਸੀ ਖੂਹ ਪੱਟਿਆ ਜਾਂਦਾ, ਇੱਕ ਖਾਸ ਇੱਕ ਬੰਦਾ ਆਉਂਦਾ ਸੀ ਜਿਹੜਾ ਐਕਸਪਰਟ ਹੁੰਦਾ ਸੀ ਉਹ ਪਿੰਡ ਦੇ ਆਸ ਪਾਸ ਦੀ ਜਗ੍ਹਾ ਸਰਵੇ ਕਰਦਾ ਸੀ ਅਤੇ ਦੱਸਦਾ ਸੀ ਵੀ ਇੱਥੇ ਖੂਹ ਪੱਟੋ। ਉਹ ਖੂਹ ਪੱਟਣ ਦੇ ਨਾਲ ਸਿਰਫ ਪਾਣੀ ਨਹੀਂ ਸੀ ਨਿਕਲਦਾ, ਉਹ ਗਰਾਊਂਡ ਵਾਟਰ ਜਿਹੜਾ ਸੀ ਉਹ ਉਹਨੂੰ ਰੀਚਾਰਜ ਵੀ ਕਰਦਾ ਸੀ। ਸਾਡੀਆਂ ਪਿੰਡਾਂ ਦੀਆਂ ਜਿਹੜੇ ਟੋਭੇ ਅਤੇ ਢਾਬਾਂ ਸੀਗੀਆਂ ਉਹ ਵੀ ਗਰਾਊਂਡ ਵਾਟਰ ਨੂੰ ਰੀਚਾਰਜ ਕਰਦੇ ਸੀ। ਹੁਣ ਪੰਜਾਬ ਦੀ ਜ਼ਮੀਨ ਇੰਨੀ ਮਹਿੰਗੀ ਹੋ ਚੁੱਕੀ ਆ ਕਿ ਪਿੰਡਾਂ ਦੀਆਂ ਜਿਹੜੀਆਂ ਸਾਡੇ ਟੋਭੇ ਢਾਬਾਂ ਖੂਹ ਉਹ ਸਾਰੇ ਅਸੀਂ ਭਰਤੇ, ਉਹ ਉਹਨੂੰ ਲੈਂਡ ਦੀ ਯੂਜ਼ ਵਾਸਤੇ ਕਰਦੇ ਹਾਂ, ਤਾਂ ਰੀਚਾਰਜ ਦਾ ਸਿਸਟਮ ਬੰਦ ਹੋ ਗਿਆ ਅਤੇ ਫਿਰ ਇੱਕ ਅਨਔਰਗੇਨਾਈਜ਼ ਸਿਸਟਮ ਦੇ ਨਾਲ ਜਿਹੜੀਆਂ ਕਲੋਨੀਆਂ ਬਣੀਆਂ। ਹੁਣ ਤੁਸੀਂ ਚੰਡੀਗੜ੍ਹ ਦੇ ਆਸ ਪਾਸ ਹੀ ਦੇਖ ਲਓ ਇਹ ਕਿੰਨੇ ਇੱਥੇ ਜਿਹੜੇ ਚੋ ਵਗਦੇ ਸੀ ਉਹਨਾਂ 'ਚ ਹੁਣ ਕਲੋਨੀਆਂ ਬਣ ਗਈਆਂ, ਉੱਥੇ ਹੁਣ ਚੋ ਤਾਂ ਚੱਲਦੇ ਹੀ ਨਹੀਂ ਗਏ, ਚੋ ਬੰਦ ਕਰਤੇ ਉਹਨਾਂ ਨੂੰ ਡੈਮ ਕਰਤਾ। ਸੋ ਉਹ ਜਿਹੜਾ ਸੀਗਾ ਰੀਚਾਰਜ ਦਾ ਸਿਸਟਮ ਨਹੀਂ ਸੀ ਉਹ ਵੀ ਜਿਹੜਾ ਹੈਗਾ ਬੰਦ ਕੀਤਾ। ਫਿਰ ਉਹ ਕਹਿੰਦੇ ਉਹਨਾਂ ਨੇ ਇਸ ਗੱਲ ਨੂੰ ਕੀਤਾ ਰੀਚਾਰਜ ਦਾ ਜਿਹੜਾ ਸਿਸਟਮ ਹੈ ਉਹ ਕਰਨਾ ਚਾਹੀਦਾ। ਉਹਦੇ ਵਾਸਤੇ ਉਹਨਾਂ ਨੇ ਕਹਿੰਦੇ ਅਸੀਂ ਪਾਇਲਟ ਪ੍ਰੋਜੈਕਟ BKU ਵਾਲੀ ਅਗਰਾਹਾਂ 12 ਪਿੰਡਾਂ 'ਚ ਸ਼ਾਇਦ ਉਹਨਾਂ ਨੇ ਮਾਲਵੇ ਦੇ 12 ਪਿੰਡ ਆਈਡੈਂਟੀਫਾਈ ਕੀਤੇ ਆ ਜਿੱਥੇ ਉਹ ਆਪਣੇ ਰਿਸੋਰਸਿਸ ਦੇ ਨਾਲ ਢਾਬਾਂ ਦੀਆਂ ਜਿਹੜੀਆਂ ਸਫਾਈ ਕਰਕੇ ਜਿਹੜੇ ਹੈਗੇ ਟੋਭਿਆਂ ਦੀ ਸਫਾਈ ਕਰਕੇ, ਕਿਉਂਕਿ ਉਹ ਕਹਿੰਦੇ ਜੀ ਜਦੋਂ ਉਹਨਾਂ ਨੂੰ ਸਾਫ਼ ਕਰਦੇ ਹੋ ਮਿੱਟੀ ਕੱਢਦੇ ਹੋ ਤਾਂ ਥੱਲੇ ਇੱਕ ਰੇਤੀ ਜੀ ਆ ਜਾਂਦੀ ਹੈ, ਜਦੋਂ ਉਹਦੇ ਨਾਲ ਜਿਹੜਾ ਪਿੰਡ ਦੇ ਪਾਣੀ ਆ ਨਾ ਜਿਹੜਾ ਯੂਜ਼ ਕਰਦੇ ਹਾਂ ਅਸੀਂ ਕਿਚਨ ਦੇ ਵਿੱਚ ਜਾਂ ਗੁਸਲ ਦੇ ਵਿੱਚ ਜਿਹੜਾ ਵਰਤਿਆ ਜਾਂਦਾ ਉਹ ਉਸ 'ਚ ਪਏਗਾ ਅਤੇ ਉਹਦੇ ਨਾਲ ਉਹ ਸਿਮ ਕੇ ਥੱਲੇ ਚਲਾ ਜਾਊਗਾ। ਸੋ ਉਹਦੇ ਨਾਲ ਰੀਚਾਰਜ ਕਰਨ ਦਾ ਕਹਿੰਦੇ ਅਸੀਂ ਕਰਕੇ ਦਿਖਾਉਣਾ ਇਹ ਸਰਕਾਰ ਨੂੰ, ਵੀ ਸਰਕਾਰ ਨੂੰ ਇਹ ਐਜ਼ ਏ ਕੈਂਪੇਨ ਕਰਨਾ ਚਾਹੀਦਾ, ਰੀਚਾਰਜ ਦਾ ਸਿਸਟਮ ਜ਼ਰੂਰ ਕਰਨਾ ਚਾਹੀਦਾ। ਦੂਸਰੀ ਗੱਲ ਉਹਨਾਂ ਨੇ ਇੱਕ ਹੋਰ ਗੱਲ ਕੀਤੀ ਹੈ ਕਿ ਜਿਹੜਾ ਗਰਾਊਂਡ ਵਾਟਰ ਜਿਹੜਾ ਅੰਡਰਗਰਾਊਂਡ ਵਾਟਰ ਅਤੇ ਪਾਣੀ ਆ ਉਹਦੀ ਪੋਲਿਊਸ਼ਨ ਦੀ ਗੱਲ ਕਰਦੇ ਆ। ਉਹ ਕਹਿੰਦੇ ਫਿਰ ਕਿਸਾਨਾਂ ਨੂੰ ਜਿਹੜਾ ਹੈਗਾ ਇਹ 'ਤੇ ਬਦਨਾਮ ਕੀਤਾ ਜਾ ਰਿਹਾ। ਉਹਨਾਂ ਨੇ ਇੱਕ ਡੇਰਾ ਬਾਬਾ ਨਾਨਕ ਦੇ ਵਿੱਚ ਪਿੱਛੇ ਜੇ ਗੁੱਜਰਾਂ ਦੀਆਂ ਮੱਝਾਂ ਮਰ ਗਈਆਂ ਸੀ ਇੱਕ ਡਰੇਨ ਦੇ ਵਿੱਚ ਨਹਾ ਕੇ ਜਦੋਂ ਉਹਨਾਂ ਨੂੰ ਸਾਫ਼ ਸੁਖ ਨਹਾਉਣ ਧੋਣ ਦਾ ਕਰਵਾਇਆ। ਉਹ ਕਹਿੰਦੇ ਜੀ ਕੀ ਹੁਣ ਇੱਥੇ ਉਹਨਾਂ ਦੇ, ਉਹ ਕਹਿੰਦੇ ਜੀ ਇਹ ਇੰਡਸਟਰੀਅਲ ਵੇਸਟ ਆ ਜਿਹੜਾ ਵਾਟਰ ਬੋਡੀ 'ਚ ਜਾ ਰਿਹਾ ਹੈ ਜਿਹਨੂੰ ਰੋਕਿਆ ਨਹੀਂ ਜਾ ਰਿਹਾ, ਟ੍ਰੀਟਮੈਂਟ ਪਲਾਂਟਸ ਨਹੀਂ ਲੱਗ ਰਹੇ, ਉਹ ਇੱਕ ਵੱਡਾ ਕਾਰਨ। ਨਾਲ ਉਹ ਕਹਿੰਦੇ ਜੀ ਪੂਰੀ ਦੀ ਪੂਰੀ ਸਾਜਿਸ਼ ਬਣ ਰਹੀ ਹੈ ਕਿ ਕਿਸਾਨਾਂ ਨੂੰ ਬਦਨਾਮ ਕਰ ਦਿਓ ਕਿ ਇਹ ਪਾਣੀ ਨੂੰ ਗਲਤ ਯੂਜ਼ ਕਰਦੇ ਆ, ਪਾਣੀ ਨੂੰ ਪੋਲਿਊਟ ਕਰਦੇ ਆ, ਇਸ ਲਈ ਜਿਹੜੇ ਵੱਡੇ ਉਦਯੋਗਿਕ ਘਰਾਣੇ ਨੇ ਕਾਰਪੋਰੇਟ ਨੇ ਉਹਨਾਂ ਨੂੰ ਪਾਣੀ ਦੇ ਰਾਈਟਸ ਦਿੱਤੇ ਜਾਣ। ਉਹਨਾਂ ਨੂੰ ਇਹ ਖਾਦਸ਼ਾ ਹੈ ਕਿ ਕਹਿੰਦੇ ਜੀ ਹੁਣ ਪਾਣੀ ਦੇ ਉੱਤੇ ਜਿਹੜਾ ਇੱਥੇ ਤੱਕ ਲਾਅ ਬਣ ਰਿਹਾ, ਵਾਟਰ ਬਿੱਲ ਬਣ ਰਿਹਾ, ਉਹਨਾਂ ਦੀ ਇਨਫੋਰਮੇਸ਼ਨ ਸੀ ਕਿ ਜਿਹੜਾ ਪਾਣੀ ਤੁਹਾਡੀ ਜ਼ਮੀਨ ਦੇ ਥੱਲੇ ਵੀ ਹੋਊਗਾ ਉਹਦੇ 'ਤੇ ਵੀ ਤੁਹਾਡਾ ਰਾਈਟ ਨਹੀਂ ਹੋਊਗਾ, ਉਹਨੂੰ ਜਿਹੜਾ ਹੈਗਾ ਉਹਦੀ ਮਾਈਨਿੰਗ ਕਰਨ ਦੇ ਵਾਸਤੇ ਪ੍ਰਾਈਵੇਟ ਕੰਪਨੀ ਨੂੰ ਠੇਕੇ ਦਿੱਤੇ ਜਾਣਗੇ, ਉਹੀ ਵੇਚੂਗੀ ਤੁਹਾਨੂੰ ਪਾਣੀ। ਸੋ ਉਹ ਕਹਿੰਦੇ ਜੀ ਇਹ ਕਾਰਪੋਰੇਟ ਜਿਹੜੇ ਹੈਗੇ ਪ੍ਰੋਫਿਟ ਵਧਾਉਣ ਵਾਸਤੇ ਬਦਨਾਮ ਕੀਤਾ ਜਾ ਰਿਹਾ। ਸੋ ਬਹੁਤ ਸਾਰੀਆਂ ਕਹਿੰਦੇ ਅਸੀਂ ਇਹ ਜਿਹੜੀਆਂ ਗੱਲਾਂ ਨੇ ਸਰਕਾਰ ਨਾਲ ਕਰਨਾ ਚਾਹੁੰਦੇ ਹਾਂ ਪਰ ਸਾਨੂੰ ਮੀਟਿੰਗ ਨਹੀਂ ਮਿਲੀ, ਸੋ ਇਸ ਲਈ ਉਹਨਾਂ ਨੇ ਕੱਲ੍ਹ ਇਹ ਪ੍ਰੈਸ ਕਾਨਫਰੰਸ ਕੀਤੀ। ਅਤੇ ਬੰਦੇਰ ਸਾਹਿਬ, ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਵੀ ਜੇ ਕਿਸੇ ਨੇ ਪੰਚਾਇਤੀ ਜ਼ਮੀਨ ਦੇ ਉੱਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਅਤੇ ਇਸ ਮਹੀਨੇ ਦੇ ਅੰਤ ਤੋਂ ਪਹਿਲਾਂ ਉਹਨੂੰ ਸਰਕਾਰ ਸਪੁਰਦ ਕਰ ਦਿੱਤਾ ਜਾਵੇ ਨਹੀਂ ਤਾਂ ਫਿਰ ਐਕਸ਼ਨ ਲਿਆ ਜਾਏਗਾ। ਫਤਿਹਗੜ੍ਹ ਸਾਹਿਬ ਦੇ ਵਿੱਚ ਇੱਕ ਪਿੰਡ ਆ ਛਲੇੜੀ ਕਲਾਂ, ਉੱਥੇ ਦੀ 417 ਏਕੜ ਪੰਚਾਇਤੀ ਜ਼ਮੀਨ ਜਿਹੜੀ ਉਹ ਪਿੰਡ ਵਾਸੀਆਂ ਨੇ ਸਰਬਸਹਿਮਤੀ ਦੇ ਨਾਲ ਉਹ ਸਰਕਾਰ ਦੇ ਸਪੁਰਦ ਕਰਨ ਦਾ ਫੈਸਲਾ ਕੀਤਾ ਜੀ। ਹਾਂਜੀ, ਇਹ 118 ਸਾਲਾਂ ਬਾਅਦ ਹੋਇਆ ਜੀ, ਜਿਹੜਾ ਹੈਗਾ 118 ਸਾਲ ਪਹਿਲਾਂ
ਇਸ ਦੇ ਉੱਪਰ ਚਾਰ ਪਰਿਵਾਰਾਂ ਨੇ ਕਬਜ਼ਾ ਕਰ ਲਿਆ ਸੀ ਜਾਂ ਇਹਨੇ ਦੇ ਉੱਤੇ ਆਪਣੀ ਉਹ ਕਰ ਲਿਆ ਸੀ। ਸਰਹੰਦ ਬਲਾਕ ਦੇ ਵਿੱਚ ਲੇੜੀ ਕਿਹੜਾ ਪਿੰਡ ਪੈਂਦਾ ਵਾ ਅਤੇ ਉਹਨਾਂ ਦਾ ਤੁਸੀਂ ਇਹ ਦੇਖੋ ਅੱਗੇ ਤੋਂ ਅੱਗੇ ਹੁਣ ਇਸ ਵੇਲੇ 63 ਪਰਿਵਾਰ ਹੋ ਗਏ ਸੀ ਚਾਰਾਂ ਤੋਂ ਬਾਅਦ। ਸੋ ਉਹਨਾਂ ਦਾ ਇਹ 1904 ਦੀ ਗੱਲ ਕਹਿ ਲਓ ਜੀ, ਉਦੋਂ ਇਹ 417 ਏਕੜ ਦੇ ਉੱਤੇ ਉਹਨਾਂ ਦਾ ਕਬਜ਼ਾ ਕਰ ਲਿਆ ਸੀ ਅਤੇ ਉਸ ਤੋਂ ਬਾਅਦ ਇਹ ਚੱਲਦਾ ਰਿਹਾ ਕੇਸ ਕੋਰਟ 'ਚ ਵੀ ਚੱਲਿਆ। ਇੱਕ ਸਦੀ ਪੁਰਾਣਾ ਕੇਸ ਹੈ ਜੀ ਜਿਹੜਾ ਚੱਲਦਾ ਰਿਹਾ ਔਰ ਫਿਰ 2015 ਦੇ ਵਿੱਚ ਇਹ ਜਿਹੜੀ 63 ਪਰਿਵਾਰ ਸੀ ਇਹ ਆਪਣੀ ਓਨਰਸ਼ਿਪ ਸਾਬਤ ਨਹੀਂ ਕਰ ਸਕੇ ਅਤੇ ਕੇਸ ਹਾਰ ਗਏ। ਉਸ ਤੋਂ ਬਾਅਦ ਪਿਛਲੇ 7 ਸਾਲਾਂ 'ਚ ਬਹੁਤ ਸਾਰੀਆਂ ਕੋਸ਼ਿਸ਼ਾਂ ਹੋਈਆਂ ਕਿ ਇਹ ਜਿਹੜੀ ਹੈਗੀ ਆ ਜ਼ਮੀਨ ਨੂੰ ਖਾਲੀ ਕਰਵਾਇਆ ਜਾਵੇ, ਉਹ ਨਹੀਂ ਹੋ ਸਕਿਆ। ਪਰ ਹੁਣ ਕੁਲਦੀਪ ਧਾਲੀਵਾਲ ਉਹਨਾਂ ਦੀ ਤੁਸੀਂ ਇਹ ਕਹਿ ਸਕਦੇ ਹੋ ਜਾਂ ਸਰਕਾਰ ਦੀ ਇਹਦੇ ਵਿੱਚ ਕਹਿ ਸਕਦੇ ਹੋ ਐਫਰਟਸ ਦੇ ਨਾਲ ਇਹ ਕਿਸਾਨਾਂ ਨੇ ਜਾਂ ਇਹ ਪਰਿਵਾਰਾਂ ਨੇ ਇਹ ਜ਼ਮੀਨ ਛੱਡਣ ਨੂੰ ਮੰਨ ਲਿਆ। ਕੱਲ੍ਹ ਇੱਕ ਫੰਕਸ਼ਨ ਹੋਇਆ, ਫਿਰ ਉਹਨਾਂ ਦੇ ਗਲਾਂ 'ਚ ਇੱਕ ਬਹੁਤ ਖੂਬਸੂਰਤ ਫੋਟੋ ਆ, ਬੜੀ ਕਲਰਫੁੱਲ ਫੋਟੋ ਆ। ਉਹ ਜ਼ਮੀਨ ਦੇ ਉੱਤੇ ਖੜ੍ਹੇ ਆ ਮੰਤਰੀ ਦੇ ਨਾਲ, ਜਿਹੜੇ ਇਹ ਪਰਿਵਾਰਾਂ ਦੇ ਕੁਛ ਮੈਂਬਰ ਨੇ ਉਹਨਾਂ ਦੇ ਗਲਾਂ 'ਚ ਕੇਸਰੀ ਸਰੋਪੇ ਪਏ ਹੋਏ ਨੇ ਅਤੇ ਇਹ ਉਹਨਾਂ ਨੇ ਮੰਨ ਲਿਆ। ਸੋ ਇਸ ਮੌਕੇ ਦੇ ਉੱਤੇ ਜਿਹੜੇ ਮੰਤਰੀ ਨੇ ਰੂਰਲ ਡਿਵੈਲਪਮੈਂਟ ਅਤੇ ਪੰਚਾਇਤ ਦੇ ਕੁਲਦੀਪ ਧਾਲੀਵਾਲ, ਉਹਨਾਂ ਨੇ ਕਿਹਾ ਕਿ ਇੱਥੇ ਅਸੀਂ ਇੱਕ ਵੱਡਾ ਵੈਟਨਰੀ ਹਸਪਤਾਲ ਬਣਾਵਾਂਗੇ ਇਸ ਜਗ੍ਹਾ ਦੇ ਉੱਤੇ, ਜਿਹੜਾ ਇੱਕ ਟੋਟਲ ਮਾਡਰਨ ਫੈਸਿਲਿਟੀਜ਼ ਨਾਲ ਮਿਲੂਗਾ। ਅਤੇ ਨਾਲ ਉਹਨਾਂ ਨੇ ਦੱਸਿਆ ਕਿ ਪਿਛਲੇ 12 ਦਿਨਾਂ ਦੇ ਵਿੱਚ 1008 ਏਕੜ ਜ਼ਮੀਨ ਜਿਹੜੀ ਹੈ ਉਹ ਛੁਡਵਾਈ ਗਈ ਹੈ, ਜਿਹਦੀ ਕੀਮਤ ਕੁੱਲ ਕੀਮਤ ਇਸ ਵੇਲੇ 302 ਕਰੋੜ ਰੁਪਈਆ ਵਾ ਅਤੇ ਉਹ ਸਰਕਾਰ ਨੂੰ ਹੈਂਡਓਵਰ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ ਕਹਿੰਦੇ ਜੀ ਪਿੱਛੇ ਜੇ ਇੱਕ ਬਹੁਤ ਵੱਡਾ ਕਾਸ਼ਤਕਾਰ ਜਿਹੜਾ ਆਲੂਆਂ ਦਾ ਕਾਸ਼ਤਕਾਰ ਆ, ਉਹਨੇ ਆਪਣੇ ਲੈਵਲ 'ਤੇ 35 ਏਕੜ ਦੁਆਬੇ ਦੇ ਵਿੱਚ ਵੀ ਆਪਣੀ ਛੱਡ ਦਿੱਤੀ ਹੈ। ਸੋ ਇਹਦੇ ਵਿੱਚ ਉਹ ਕਹਿ ਰਹੇ ਆ ਜੀ ਕਿ ਹੁਣ ਦੇਖ ਰਿਹਾ ਕਿ ਡਿਪਾਰਟਮੈਂਟ ਔਸਤ ਦੇ ਉੱਤੇ 200 ਏਕੜ ਰੋਜ਼ ਦੇ ਛਡਵਾ ਰਿਹਾ। ਸੋ ਉਹਨਾਂ ਨੇ ਇੱਕ ਹੋਰ ਵੀ ਅੰਕੜਾ ਦਿੱਤਾ ਕਿ ਪੰਚਾਇਤ ਦੀਆਂ ਜਗ੍ਹਾ ਜਿਹੜੀ ਹੈਗੀ ਆ, ਪੰਚਾਇਤੀ ਜ਼ਮੀਨ ਹੈ ਉਹ ਟੋਟਲ ਪੰਜਾਬ ਦੇ ਵਿੱਚ 6 ਲੱਖ ਜਿਹੜੀ ਹੈਗੀ ਆ 68 ਲੱਖ 68 ਹਜ਼ਾਰ ਏਕੜ, ਇਹਦੇ ਵਿੱਚੋਂ ਜਿਹਦੇ 'ਤੇ ਕਾਸ਼ਤ ਨਹੀਂ ਹੋ ਸਕਦੀ ਉਹ ਕੋਈ ਆਲਮੋਸਟ 5 ਲੱਖ ਏਕੜ ਹੈ। ਜਿਹੜੀ ਕਾਸ਼ਤ ਲਾਇਕ ਹੈ ਉਹ 1,70,000 ਏਕੜ ਹੈ, ਇਹਦੇ ਵਿੱਚੋਂ 18,412 ਏਕੜ ਦੇ ਉੱਤੇ ਜਿਹੜੇ ਹੈਗੇ ਗੈਰ ਕਾਨੂੰਨੀ ਕਬਜ਼ੇ ਨੇ ਔਰ ਇਸ 'ਚੋਂ ਕੋਈ 384 ਕਰੋੜ ਰੁਪਈਆ ਮਾਲੀਆ ਮਿਲਦਾ ਪੰਚਾਇਤਾਂ ਨੂੰ। ਔਰ ਇਹਨੂੰ ਵਧਾਉਣ ਦੀ ਪ੍ਰੋਗਰਾਮ ਹੈ ਕਿ ਸਾਰੇ ਦਾ ਸਾਰਾ ਇਸ ਨੂੰ ਜਿਹੜੀ ਰੈਵਨਿਊ ਮਿਲਦਾ ਜਿਹੜੀ ਪੰਚਾਇਤ ਲੈਂਡ ਤੋਂ ਇਹ ਲੋਕਲ ਬੋਡੀਜ਼ ਦੇ ਵਿੱਚ ਵੀ ਇਹਦੀ ਵੈਲਿਊ ਵਧੇ, ਕਿਉਂਕਿ ਪੰਜਾਬ ਦੀ ਆਪਣੀ ਲੈਂਡ ਦੀ ਵੈਲਿਊ ਵਧੀ ਹੋਈ ਹੈ। ਸੋ ਸਰਕਾਰ ਚਾਹੁੰਦੀ ਹੈ ਕਿ ਇਹਦੇ 'ਚੋਂ ਰੈਵਨਿਊ ਵੀ ਵਧੇ, ਜਿਹੜੀ ਅਸੀਂ ਲੋਕਲ ਬੋਡੀਜ਼ ਹੀ, ਕਿਉਂਕਿ ਇਹ ਜਿਹੜੀਆਂ ਪੰਚਾਇਤ ਲੈਂਡ ਤੋਂ ਜਿਹੜਾ ਇਨਕਮ ਆ ਉਹ ਪੰਚਾਇਤਾਂ ਨੇ ਵਰਤਣਾ ਹੁੰਦਾ, ਸੋ ਪਿੰਡਾਂ ਦੀ ਜਿਹੜੀ ਡਿਵੈਲਪਮੈਂਟ ਹੋਰ ਵੀ ਹੋ ਸਕਦੀ ਹੈ ਇਹਦੇ ਵਿੱਚੋਂ। ਸੋ ਇਹ ਸਾਰੇ ਦਾ ਸਾਰਾ ਔਰ ਗਰੀਬਾਂ ਨੂੰ ਵੀ ਜਿਹੜੀ ਹੈ ਉਹਦੇ 'ਚ ਵਸੋਂ ਹੋ ਸਕਦੀ ਹੈ। ਵਾਸੂ ਜੀ ਇਹ ਵੀ ਕੱਲ੍ਹ ਗੱਲ ਉਗਰਾਹਾਂ ਜਥੇਬੰਦੀ ਨੇ ਕੀਤੀ, ਉਹਨਾਂ ਨੂੰ ਜਦੋਂ ਦੱਸਿਆ ਗਿਆ ਵੀ ਛਡਵਾ ਰਹੇ ਆ, ਉਹਨਾਂ ਨੇ ਕਿਹਾ ਕਿ 2 ਕਿਸਮ ਦੀ ਜਿਹੜੀ ਹੈਗੀ ਆ ਜਿਹੜੀ ਪੰਚਾਇਤ ਦੀ ਜ਼ਮੀਨ ਆ ਉਹਦੇ 'ਤੇ 2 ਕਿਸਮ ਦੇ ਕਬਜ਼ੇ ਨੇ। ਇੱਕ ਤਾਂ ਕਬਜ਼ਾ ਧਨਾੜਾਂ ਦਾ ਜੋ ਉਹਦੇ 'ਤੇ ਕਮਰਸ਼ੀਅਲ ਯੂਜ਼ ਕਰਦੇ ਨੇ ਜਾਂ ਉਹਦੇ 'ਤੇ ਕਾਸ਼ਤ ਕਰ ਰਹੇ ਆ ਉਸ ਤੋਂ ਪ੍ਰੋਫਿਟ ਕਮਾ ਰਹੇ ਆ। ਦੂਸਰਾ ਕਹਿੰਦੇ ਜੀ ਗਰੀਬ ਜਿਹੜੇ ਹੈਗੇ ਆ ਉਹ 1-1, 2-2 ਏਕੜ ਲੈ ਕੇ ਉਹ ਆਪਣੀ ਖੇਤੀ ਕਰਦੇ, ਇੱਕ ਤਾਂ ਉਹ ਨੇ ਜਾਂ 5-5, 10-10 ਮਰਲਿਆਂ ਦੇ ਵਿੱਚ ਘਰ ਬਣੇ ਹੋਏ ਨੇ ਉਹਨੇ, ਕਿ ਜੇ ਸਰਕਾਰ ਨੇ ਗਰੀਬਾਂ ਕੋਲੋਂ ਛੁਡਵਾਉਣ ਦੀ ਕੋਸ਼ਿਸ਼ ਕੀਤੀ ਆਪਣੇ ਇਸ ਡਰਾਈਵ ਦੇ ਵਿੱਚ, ਤਾਂ ਉਹ ਕਹਿੰਦੇ ਜੀ ਇਹਦੇ ਵਾਸਤੇ ਵੱਡੀ ਮੁਹਿੰਮ ਅਸੀਂ ਫਿਰ ਖੜੀ ਕਰ ਦਿਆਂਗੇ, ਪੰਜਾਬ ਸਰਕਾਰ ਵਾਸਤੇ ਇਹਦੀ ਇੱਕ ਸਮੱਸਿਆ ਖੜੀ ਕਰ ਦਿਆਂਗੇ। ਉਹ ਕਹਿੰਦੇ ਜੀ ਜਿਹੜੇ ਅਮੀਰ ਨੇ ਧਨਾੜ ਨੇ ਉਹਨਾਂ ਕੋਲੋਂ ਤੁਸੀਂ ਛੁਡਵਾ ਲਓ, ਕਹਿੰਦੇ ਜੀ ਕੋਈ ਫਾਰਮੂਲਾ ਵਰਤ ਲਓ, ਜਿਹੜੇ ਗਰੀਬ ਨੇ ਉਹਨਾਂ ਨੂੰ ਓਨਰਸ਼ਿਪ ਟ੍ਰਾਂਸਫਰ ਕਿਵੇਂ ਹੋਵੇ ਇਹ ਵੀ ਦੇਖਣੀ ਚਾਹੀਦੀ, ਐਕਸਪਲੋਰ ਕਰਨੀ ਚਾਹੀਦੀ। ਜੀ ਪੰਦੇਰ ਸਾਹਿਬ, ਜਿਹੜੇ ਪੰਜਾਬ ਦੇ MLA ਪਹਿਲੀ ਵਾਰ ਚੁਣ ਕੇ ਲੈਜਿਸਲੇਚਰ ਦੇ ਵਿੱਚ ਪਹੁੰਚੇ ਨੇ, ਉਹਨਾਂ ਨੂੰ ਇੱਕ ਕ੍ਰੈਸ਼ ਕੋਰਸ ਦਿੱਤਾ ਜਾਣਾ, ਸੋ ਇਸ ਕੋਰਸ ਦੇ ਵਿੱਚ ਕਿਹੜੀਆਂ ਚੀਜ਼ਾਂ ਸਿਖਾਈਆਂ ਜਾਣਗੀਆਂ ਜੀ ਉਹਨਾਂ ਨੂੰ? ਵਾਸੂ ਜੀ ਪਹਿਲਾਂ ਵੀ ਇਹ ਕੋਸ਼ਿਸ਼ ਕੀਤੀ ਗਈ ਸੀ ਪਿਛਲੀਆਂ ਵੀ ਅਸੈਂਬਲੀਆਂ ਦੇ ਵਿੱਚ, ਪਰ ਉਹ ਬੜਾ ਸਕਸੈਸਫੁਲ ਨਹੀਂ ਹੋਇਆ, ਪਰ ਕਿਉਂਕਿ ਉੱਥੇ ਬਹੁਤ ਸਾਰੇ ਸਾਹਿਬ ਆਉਂਦੇ ਸੀ ਜਿਹੜੇ ਆਪਣੇ ਆਪ ਨੂੰ ਆਲਰੇਡੀ ਕਹਿੰਦੇ ਸੀ ਸਾਨੂੰ ਸਭ ਪਤਾ, ਤਾਂ ਐਤਕੀ ਜਿਹੜੀ ਇਹ ਨਵੇਂ ਸਾਡੇ ਆਏ ਆ ਚੁਣ ਕੇ ਲੈਜਿਸਲੇਟਰ, ਉਹਨਾਂ 'ਚੋਂ ਬੇਸ਼ੱਕ ਜ਼ਿਆਦਾ ਜ਼ੋਰ ਤਾਂ ਆਮ ਆਦਮੀ ਪਾਰਟੀ ਦਾ ਹੀ ਆ ਕਿਉਂਕਿ ਉਹਨਾਂ ਦੇ ਜ਼ਿਆਦਾ ਨਵੇਂ ਨੇ, ਇਹ ਸਣੇ
ਮੁੱਖ ਮੰਤਰੀ ਭਗਵੰਤ ਮਾਨ ਜਿਨ੍ਹਾਂ ਨੂੰ ਬੇਸ਼ੱਕ ਪਾਰਲੀਮੈਂਟ ਦਾ ਤਾਂ ਐਕਸਪੀਰੀਅੰਸ ਹੈਗਾ, ਅਸੈਂਬਲੀ ਦਾ ਐਕਸਪੀਰੀਅੰਸ ਨਹੀਂ ਹੈਗਾ, 92 'ਚੋਂ 82 ਜਿਹੜੇ ਹੈਗੇ ਆ ਉਹ ਨਵੇਂ ਆ। ਸੋ ਇਹਨਾਂ ਨੂੰ 31 ਮਈ ਤੋਂ ਲੈ ਕੇ 2 ਜੂਨ ਤੱਕ ਇੱਕ ਕਰੈਸ਼ ਕੋਰਸ ਜਿਹੜੀ ਹੈਗੀ ਆ ਮਹਾਤਮਾ ਗਾਂਧੀ ਇੰਸਟੀਚਿਊਟ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਿਨਿਸਟ੍ਰੇਸ਼ਨ ਚੰਡੀਗੜ੍ਹ 'ਚ ਬਹੁਤ ਹੀ ਵਧੀਆ ਇੱਕ ਜਿਹੜਾ ਅਦਾਰਾ ਫੈਸਿਲਿਟੀ ਹੈ ਉੱਥੇ ਇਹ ਕੋਰਸ ਕਰਾਇਆ ਜਾਊਗਾ ਔਰ ਜਾਂ ਉਹਨਾਂ ਵੱਲੋਂ ਕਰਾਇਆ ਜਾਊਗਾ, ਜਿਹਦੇ ਵਿੱਚ ਬਹੁਤ ਸਾਰੇ ਪਹਿਲੇ 2 ਦਿਨ ਤਾਂ ਬਹੁਤ ਸਾਰੇ ਐਕਸਪਰਟਸ ਦੱਸਣਗੇ ਜੀ ਕਿ ਇੱਕ MLA ਦੇ ਹੱਕ ਕੀ ਨੇ, ਡਿਊਟੀਜ਼ ਕੀ ਨੇ ਔਰ ਕੀ ਕੁਛ ਹੋ ਸਕਦਾ। ਇਹਦੇ ਵਿੱਚ ਅਸੈਂਬਲੀ ਦੇ ਜਿਹੜੇ ਆਫਿਸਰਸ ਨੇ ਉਹ ਉਹਨਾਂ ਦੀ ਸ਼ਮੂਲੀਅਤ ਹੋਣੀ ਬਹੁਤ ਇੰਪੋਰਟੈਂਟ ਹੈ। ਉਹ ਦੱਸਣਗੇ ਜੀ ਕਿ ਹੁੰਦਾ ਕੀ ਆ ਕਿ ਤੁਸੀਂ 0 ਆਵਰ ਕੀ ਆ, ਕੁਐਸਚਨ ਆਵਰ ਕੀ ਆ, 0 ਆਵਰ ਦੇ ਵਿੱਚ ਤੁਸੀਂ ਕਿਵੇਂ ਮਸਲਾ ਉਠਾਉਣਾ, ਫਿਰ ਕੁਐਸਚਨ ਆਵਰ 'ਚ ਆਪਣਾ ਜਿਹੜੇ ਹੈਗੇ ਆ ਸਵਾਲ 2 ਕਿਸਮ ਦੇ ਆਉਂਦੇ ਆ ਜੀ, ਇੱਕ ਸਟਾਰਟ ਕੁਐਸਚਨ ਹੁੰਦੇ ਆ, ਇੱਕ ਅਨਸਟਾਰਟ ਕੁਐਸਚਨ ਹੁੰਦੇ ਆ। ਸਟਾਰਟ ਕੁਐਸਚਨ ਹੁੰਦਾ ਜਿਹੜਾ ਮੈਂਬਰ ਹਾਊਸ ਦੇ ਵਿੱਚ ਬੋਲ ਕੇ ਬੋਲਦਾ ਅਤੇ ਉਹਦਾ ਬੋਲ ਕੇ ਹੀ ਜਵਾਬ ਆਉਂਦਾ, ਅਤੇ ਅਨਸਟਾਰਟ ਹੁੰਦੇ ਨੇ ਜਿਹੜੇ ਲਿਖਤੀ ਜਵਾਬ ਹੀ ਆਉਂਦੇ ਨੇ। ਹੁਣ ਉਹ ਤੁਹਾਡਾ ਸਵਾਲ ਕਿਹੜਾ ਸਟਾਰਟ ਬਣੂਗਾ, ਕਿਹੜਾ ਅਨਸਟਾਰਟ ਹੋਊਗਾ, ਉਹ ਫਿਰ ਐਡਜਰਨਮੈਂਟ ਮੋਸ਼ਨ ਕਿਵੇਂ ਤੁਸੀਂ ਵੀ ਕੰਮ ਰੋਕੂ ਜਿਹੜਾ ਹੈਗਾ ਮੋਸ਼ਨ ਕਿਵੇਂ ਲੈ ਕੇ ਆਉਣਾ, ਫਿਰ ਤੁਸੀਂ ਪ੍ਰਾਈਵੇਟ ਬਿੱਲ ਕਿਵੇਂ ਲੈ ਕੇ ਆਉਣੇ ਆ, ਤੁਸੀਂ ਜਿਹੜਾ ਹੁਣ ਆਪਣਾ ਜਨਤਾ ਦਾ ਬਜਟ ਕਹਿ ਰਹੇ ਆ ਅਗਲੇ ਸੈਸ਼ਨ 'ਚ ਇਹਨਾਂ ਨੇ ਦੇਣਾ ਜਨਤਾ ਬਜਟ ਦੇਣਾ, ਬਜਟ ਡਾਕੂਮੈਂਟ ਨੂੰ ਪੜ੍ਹਨਾ, ਬਜਟ ਡਾਕੂਮੈਂਟ ਕਿਸ ਤਰ੍ਹਾਂ ਪੜ੍ਹਨਾ, ਉਹਨੂੰ ਕਿਸ ਉਹਦੀ ਵਿੱਚੋਂ ਜਿਹੜੀਆਂ ਇਨਫੋਰਮੇਸ਼ਨਸ ਨੇ ਉਹ ਕਿੱਥੋਂ ਲੈਣੀਆਂ ਨੇ, ਉਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ। ਅੱਛਾ, ਫਿਰ ਜਿਹੜਾ ਪ੍ਰਿਵਿਲੇਜਸ ਨੇ ਬਈ ਤੁਹਾਡੇ ਐਜ਼ ਲੈਜਿਸਲੇਟਰ, ਐਜ਼ ਇਲੈਕਟਿਡ ਰਿਪ੍ਰੈਜੈਂਟੇਟਿਵ, ਤੁਹਾਡੇ ਪ੍ਰਿਵਿਲੇਜਸ ਕੀ ਨੇ, ਤੁਸੀਂ ਤੁਹਾਡੇ ਹੱਕ ਹਕੂਕ ਕੀ ਨੇ ਜੀ, ਉਹ ਸਾਰੇ ਦੇ ਸਾਰੇ ਜਿਹੜੇ ਹੈਗੇ ਆ ਇਹ ਇਨਫੋਰਮੇਸ਼ਨ ਦਿੱਤੀ ਜਾਊਗੀ। ਔਰ ਆਖਰੀ ਦਿਨ ਦੇ ਉੱਤੇ ਜਿਹੜੇ ਪੁਰਾਣੇ ਲੈਜਿਸਲੇਟਰ ਨੇ, ਬੇਸ਼ੱਕ ਇਹ ਨਹੀਂ ਹੁਣ ਪਤਾ ਕਿ ਦੂਸਰੀਆਂ ਪਾਰਟੀਆਂ ਤੋਂ ਵੀ ਆਉਣਗੇ ਕਿ ਨਹੀਂ, ਉਹ ਉਹਨਾਂ ਨੂੰ ਕਿਹਾ ਜਾਊਗਾ ਕਿ ਤੁਸੀਂ ਜਿਹੜੇ ਨਵੇਂ ਹੈਗੇ ਆ ਉਹਨਾਂ ਦੇ ਨਾਲ ਆਪਣੇ ਐਕਸਪੀਰੀਅੰਸ ਸ਼ੇਅਰ ਕਰੋ ਅਤੇ ਆਪਣਾ ਸਾਰੇ ਦਾ ਸਾਰਾ ਸਿਸਟਮ ਇਹ ਕਿਸ ਔਰ ਕੋਸ਼ਿਸ਼ ਇਹ ਹੈ ਕਿ ਸਰਕਾਰ ਦੀ ਕਿ ਇੱਕ ਡੈਮੋਕਰੇਟਿਕ ਇੰਸਟੀਟਿਊਸ਼ਨ ਨੂੰ ਸਟਰੈਂਥਨ ਕਿਸ ਤਰ੍ਹਾਂ ਕੀਤਾ ਜਾਵੇ। ਅਗਰ ਇਹਨੂੰ ਪ੍ਰੋਪਰਲੀ ਆਈ ਥਿੰਕ ਇਹਨੂੰ ਕੰਡਕਟ ਕੀਤਾ ਗਿਆ, ਇਹ ਬਹੁਤ ਵਧੀਆ ਇੱਕ ਸਟੈਪ ਹੈ। ਅਤੇ ਮੇਰੀ ਜਿਹੜੀ ਜਾਣਕਾਰੀ ਆ ਉਹ ਇਹ ਹੈ ਕਿ ਅਗਲੀ ਜਿਹੜੀ ਟ੍ਰੇਨਿੰਗ ਸੈਸ਼ਨ ਹੈ ਉਹ IAS ਅਕੈਡਮੀ ਜਿਹੜੀ ਮਸੂਰੀ ਵਾਲੀ ਹੈਗੀ ਆ ਉੱਥੋਂ ਵੀ ਐਕਸਪਰਟ ਲਿਆ ਕੇ ਲੈਜਿਸਲੇਟਰ ਦੇ ਨਾਲ ਉਹਨਾਂ ਦਾ ਇੰਟਰੈਕਸ਼ਨ ਹੋਏਗਾ, ਹੋਰ ਵੀ ਜਿਹੜੇ ਐਕਸਪਰਟਸ ਨੇ ਇਨ ਦੀ ਫੀਲਡ ਆਫ ਪਬਲਿਕ ਲਾਈਫ ਉਹਨਾਂ ਦੇ ਨਾਲ ਵੀ ਇੰਟਰੈਕਸ਼ਨ ਕਰਵਾਇਆ ਜਾਏਗਾ ਲੈਜਿਸਲੇਟਰ ਦਾ ਜੀ। ਅਤੇ ਪੰਦੇਰ ਸਾਹਿਬ, ਹੁਣ ਭਾਰਤ ਦੀ ਸੁਪਰੀਮ ਕੋਰਟ ਦਾ ਕਹਿਣਾ ਵੀ ਧਰਮ ਸੰਸਦ ਵੱਲੋਂ ਦੇਸ਼ ਦੇ ਵਿੱਚ ਮਾਹੌਲ ਖਰਾਬ ਕੀਤਾ ਜਾ ਰਿਹਾ। ਹਾਂਜੀ ਵਾਸੂ ਜੀ, ਤੁਹਾਨੂੰ ਪਤਾ ਹੋਣਾ ਕਿ ਪਿਛਲੇ ਜੇ ਧਰਮ ਬੜੀਆਂ ਕੰਟਰੋਵਰਸ਼ੀਅਲ ਸਟੇਟਮੈਂਟਸ ਆਈਆਂ ਸੀ ਕਿ ਜੀ ਈਵਨ ਇੱਥੇ ਤੱਕ ਕਿ ਐਥਨਿਕ ਕਲੈਂਜਿੰਗ ਦੀਆਂ ਗੱਲਾਂ ਵੀ ਜਿਹੜੀਆਂ ਧਰਮ ਸੰਸਦ ਦੇ ਵਿੱਚੋਂ ਆਈਆਂ ਸੀ। ਸੋ ਉੱਥੇ ਇੱਕ ਉਹਨਾਂ ਦੀ ਜਦੋਂ ਪ੍ਰੈਸ਼ਰ ਪਿਆ ਸਾਰੇ ਪਾਸਿਓਂ ਤਾਂ ਜਿਹੜੀ ਸੀਗੀ ਸੋਰੀ ਇਹਦੇ ਵਿੱਚ ਇੱਕ ਜਿਹੜੇ ਸੀਗੇ ਕੁਛ ਗ੍ਰਿਫਤਾਰੀਆਂ ਹੋਈਆਂ ਸੀ ਉਹਨਾਂ ਦੀ ਬੇਲ ਵਾਸਤੇ ਸੁਪਰੀਮ ਕੋਰਟ ਦੇ ਵਿੱਚ ਕੇਸ ਲੱਗਿਆ ਹੋਇਆ ਸੀ ਤਾਂ ਸੁਪਰੀਮ ਕੋਰਟ ਦੀ ਜਿਹੜੀ ਬੈਂਚ ਸੀ ਉਹਨਾਂ ਨੇ ਇੱਕ ਓਰਲ ਟਿੱਪਣੀ ਕੀਤੀ ਕਿ ਦੂਸਰਿਆਂ ਨੂੰ ਜਿਹੜੀ ਹੈਗੀ ਆ ਸੈਂਸੀਟਾਈਜ਼ ਕਰਨ ਤੋਂ ਪਹਿਲਾਂ ਜਿਹੜੇ ਇਹ ਧਾਰਮਿਕ ਲੋਕ ਨੇ ਧਰਮ ਸੰਸਦ ਚਲਾਉਂਦੇ ਨੇ ਇਹਨਾਂ ਨੂੰ ਆਪਣੇ ਆਪ ਨੂੰ ਸੈਂਸੀਟਾਈਜ਼ ਕਰਨਾ ਚਾਹੀਦਾ, ਆਪਣੇ ਆਪ ਦੀ ਇੱਕ ਅਵੇਅਰਨੈਸ ਕਰਨੀ ਚਾਹੀਦੀ ਹੈ ਵੀ ਕੀ ਬੋਲਣਾ ਕਿ ਨਹੀਂ ਬੋਲਣਾ, ਕਿਉਂਕਿ ਇਸ ਵੇਲੇ ਜੋ ਕੁਛ ਇਹ ਕਰ ਰਹੇ ਆ ਇਹ ਸਾਰੇ ਦੇਸ਼ ਦਾ ਮਾਹੌਲ ਖਰਾਬ ਕਰ ਰਹੇ ਆ ਔਰ ਬਿਲਕੁਲ ਇਹਦੇ ਵਿੱਚ ਸਾਰੇ ਇਹਦੇ 'ਚ ਇਤਫਾਕ ਰੱਖਣਗੇ ਕਿ ਇਹਦੇ ਨਾਲ ਪੋਲਰਾਈਜੇਸ਼ਨ ਬਹੁਤ ਹੁੰਦੀ ਆ ਔਰ ਫਿਰਕੂ ਤਣਾਅ ਬੜਾ ਵੱਧਦਾ ਇੱਕ ਪਾਸੇ ਦੀ। ਜਦੋਂ ਮੈਂ ਬਹੁਤ ਵਾਰੀ ਇਹ ਗੱਲ ਕਰਦਾ ਹੁੰਦਾ ਜਿਹੜੇ ਫਿਰਕੂ ਤੱਤ ਹੁੰਦੇ ਨੇ ਜੀ ਉਹ ਇੱਕ ਦੂਜੇ ਨਾਲ ਕੰਪੀਟ ਨਹੀਂ ਕਰਦੇ, ਉਹ ਇੱਕ ਦੂਜੇ ਨੂੰ ਸਪੋਰਟ ਹੀ ਕਰਦੇ ਹੁੰਦੇ ਆ ਬਈ ਕਮਿਊਨਲ ਫੋਰਸਿਸ ਫੀਡ ਐਂਡ ਫੈਟਨ ਈਚ ਅਦਰ, ਇਹ ਪੱਕਾ ਇੱਕ ਪ੍ਰਿੰਸੀਪਲ ਹੈ ਕਮਿਊਨਲਿਜ਼ਮ ਦਾ, ਫਿਰਕੂ ਫਿਰਕਾ ਫਿਰਕਾ ਪ੍ਰਸਤੀ ਦਾ। ਸੋ ਜਿਹੜੀ ਇਹ ਇੱਕ ਇੰਪੋਰਟੈਂਟ ਟਿੱਪਣੀ ਆਈ ਆ ਧਰਮ ਸੰਸਦ ਦੇ ਉੱਤੇ ਜਗ੍ਹਾ ਜਗ੍ਹਾ ਦੇ ਉੱਤੇ ਹੋ ਰਹੀਆਂ ਨੇ, ਸਰਕਾਰ ਇਸ ਨੂੰ ਪਿੱਛੇ ਜਿਹੜਾ ਸਡੀਸ਼ਨ ਲਾਅ ਜਿਹੜੀ ਅਸੀਂ ਗੱਲ ਕੀਤੀ ਸੀ ਉਹਦੇ 'ਤੇ ਤਾਂ ਸਰਕਾਰ ਨੇ ਆਪਣਾ ਯੂਟਰਨ ਲਿਆ ਜਾਂ ਉਹਨੂੰ ਰਿਵਿਊ ਕਰਨ ਦੀ ਕੋਸ਼ਿਸ਼ ਕੀਤੀ ਆ। ਹੁਣ ਸਰਕਾਰ ਜਿਹੜੀ ਹੈਗੀ ਆ ਮੋਦੀ ਸਰਕਾਰ ਆ ਜਿਹਦੀ ਸ਼ੈ ਹੇਠ ਇਹ ਸੋਚਦੇ ਆ ਕਿ ਧਰਮ ਸੰਸਦ ਵਾਲੇ ਵੀ ਅਸੀਂ ਇੱਕ ਲੈਵਲ ਦੇ ਉੱਤੇ ਇੱਕ ਮਾਹੌਲ ਬਣਾਵਾਂਗੇ ਐਂਟੀ ਮਾਈਨੋਰਿਟੀਜ਼ ਖਾਸ ਕਰ ਐਂਟੀ ਮੁਸਲਿਮ ਮਾਹੌਲ ਬਣਾਉਣ ਦੀ ਇੱਕ ਕੋਸ਼ਿਸ਼ ਹੈ
कि उस दे उत्ते कोई ठल पऊगी सुप्रीम कोर्ट की इस टिप्पणी तो बाद इंपोर्टेंट आस्पैक्ट होएगा जी आने वाले दिनों। पंदेर साहब बहुत ही क्विकली एक दो मिनटों के आप जो गल कर लीए कि वाराणसी की एक कोर्ट वालों एक अदालत वालों ये निर्देश दिता गया कि ज्ञान व्यापी मस्जिद है उसका वीडियो सर्वेक्षण 17 मई तक मुकम्मल किया जाए। हाँ जी ये उत्थे जिहड़ा वाराणसी अपना मेन टैंपल है उहदे नाल एक जिहड़ा हैगा एक मस्जिद है जिहदे खिलाफ उहदे पिछे कोई जगह हैगी आ क्योंकि नाल दी नाल ही काशी विश्वनाथ मंदिर दे नाल है इह जिहड़ा ज्ञानवती ज्ञानवापी मॉस्क कॉम्पलैक्स है उहदे पिछे कोई जगह जिथे कुछ 5 औरतां ने पटीशन पाई हुई है कि असीं उत्थे अपनी पूजा करनी चाहुंदे आ। सो इह केस चल रहा बड़ी देर दा। सो कोर्ट ने पहला ऑर्डर किया सी कि इहदी जिहड़ी हैगी आ वीडियोग्राफी इस मस्जिद की कीती जावे। जिहड़ी मस्जिद की मैनेजमेंट है वह मन गए सी पर उन्होंने पिछे जे ये कह के जिहड़ा एडवोकेट कमिश्नर है अजय कुमार मिश्रा वह बायस्ड है तो इसलिए असी उन्होंने ऑब्जेक्ट किया। सुनवाई के दौरान उन्होंने कहा कि कोई रोक टोक नहीं होएगी। उन्होंने 2 एडिशनल जिहड़े हैगे आ कमिश्नर्स होर ला दिते ने ते नाल सिविल एडमिनिस्ट्रेशन नू भी कहा कि तुसी इन्हां नू हैल्प करो ते इहे कहा कि जे किसी ने रोकिया उहदे खिलाफ FIR करो अरेस्ट करो ते जे किसी ने ताले लाए तां ताले भी तोड़ दिओ। ਤਾਂ ਉਹਨਾਂ ਨੇ ਕਿਹਾ ਕਿ ਜਿਹੜੀ ਇਹ ਜਿਨ੍ਹਾਂ ਨੇ ਵੀਡੀਓ ਸਰਵੇ ਕਰਨਾ ਉਹਨਾਂ ਨੇ 17 ਮਈ ਤੱਕ ਰਿਪੋਰਟ ਦੇਣੀ ਹੈ ਜਿਹੜੀ ਹੁਣ ਆਉਣ ਵਾਲੀ ਮੰਗਲਵਾਰ ਨੂੰ ਹੈ ਅਤੇ ਉਹ ਕਹਿੰਦੇ ਜੀ ਇਹ ਇਸ ਨੂੰ ਰੋਕਿਆ ਨਾ ਜਾਵੇ ਅਤੇ ਸਰਵੇ ਤੋਂ ਬਾਅਦ ਅਸੀਂ ਅਗਲਾ ਫੈਸਲਾ ਲੈਣਾ। ਪੰਦੇਰ ਸਾਹਿਬ ਇਹ ਸਾਰੀਆਂ ਖਬਰਾਂ ਸਾਡੇ ਨਾਲ ਸਾਂਝੀਆਂ ਕਰਨ ਲਈ ਬਹੁਤ ਧੰਨਵਾਦ ਜੀ। ਬਹੁਤ ਜਲਦ ਫਿਰ ਗੱਲਬਾਤ ਹੋਏਗੀ। ਬਹੁਤ ਬਹੁਤ ਸ਼ੁਕਰੀਆ ਜੀ।